ਨਿਮਾ ਖਿਆ ਲੈ ਨਿਮਾ ਜਪ ਲੈ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ 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 ਭਰ ਲੈ ਨਾਮ ਦੀ ਸ਼ੀਸ਼ੀ ਤੇ ਗਾਓ ਮੇਰੇ ਨਾਲ ਇੱਕ ਵਾਰੀ ਆਵਾਜ਼ ਇੱਧਰੋਂ ਆਊਗੀ ਇੱਕ ਵਾਰੀ ਇੱਧਰੋਂ ਆਵੇ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਤੁਹਾਡੀ ਆਵਾਜ਼ ਨਹੀਂ ਨਿਕਲਦੀ ਊਂ ਕਹਿੰਦੇ ਹਾਂ ਅਸੀਂ ਬੰਦੇ ਹਾਂ ਅਸੀਂ ਮਰਦਾ ਹਾਂ ਆਵਾਜ਼ ਤਾਂ ਇਹਨਾਂ ਦੀ ਵੱਧ ਹੈ ਤਾੜੀ ਮਾਰ ਲਓ ਆਪਦੇ ਨਾਂ ਤੇ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਜਪ ਲੈ ਰਾਮ ਨੂੰ ਨੀ ਧਿਆ ਲੈ ਰਾਮ ਨੂੰ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਜਪ ਲੈ ਰਾਮ ਨੂੰ ਧਿਆ ਲੈ ਰਾਮ ਨੂੰ ਭਰ ਲੈ ਰਾਮ ਦੀ ਸ਼ੀਸ਼ੀ ਨੀ ਰਾਮ ਤੈਨੂੰ ਵਾਹਿਗੁਰੂ ਤੈਨੂੰ ਅੱਲਾ ਤੈਨੂੰ ਰਾਮ ਤੈਨੂੰ ਤਾਰੂਗਾ ਅੱਜ ਨੇ ਦੁਨੀਆ ਪ੍ਰਗਟ ਕੀਤੀ ਰਾਮ ਤੈਨੂੰ ਤਾਰੂਗਾ ਅੱਜ ਨੇ ਦੁਨੀਆ ਪ੍ਰਗਟ ਕੀਤੀ ਨੀ ਰਾਮ ਤੈਨੂੰ ਤਾਰੂਗਾ ਤਾਰੀ ਨਾ ਟੁੱਟੇ ਤਾਰੀ ਬੜ ਮੱਚਿਆ
ਇਸ਼ਕ ਫੁੱਲੇ ਦੇ ਵਿਹੜੇ ਵੜਿਆ ਅੰਦਰ ਭਾਂਬੜ ਮੱਚਿਆ ਇਸ਼ਕ ਤੇ ਘੁੰਗਰੂ ਪਾ ਕੇ ਵੇ ਬੁੱਲਾ ਯਾਰ ਦੇ ਵੇੜੇ ਨੱਚੀ ਆਈਓ ਸਤਿਕਾਰ ਤੁਹਾਡਾ ਸਾਰਿਆਂ ਦਾ ਇਸ ਜਗ੍ਹਾ ਨੂੰ ਪ੍ਰਣਾਮ ਇੱਥੇ ਵਸਣ ਵਾਲਿਆਂ ਨੂੰ ਪ੍ਰਣਾਮ ਇਸ ਜਗ੍ਹਾ ਨੂੰ ਵਸਾਉਣ ਵਾਲਿਆਂ ਨੂੰ ਪ੍ਰਣਾਮ ਔਰ ਮੇਰੀਆਂ ਰੱਬ ਵਰਗੀਆਂ ਮਾਵਾਂ ਭੈਣਾਂ ਮੇਰੀਆਂ ਔਰ ਸਾਡੇ ਚੜ੍ਹਦੀ ਕਲਾ 'ਚ ਬੈਠੇ ਬਾਪੂ ਸ਼੍ਰੀ ਸਾਡੇ ਬਜ਼ੁਰਗ ਸਾਹਿਬਾਨ ਲਾਣੇਦਾਰ ਸਾਡੇ ਔਰ ਮੇਰੇ ਤਮਾਮ ਵੀਰ ਦੋਸਤ ਸਾਰੇ ਭਰਾ ਉਮਰਾਂ 'ਚ ਵੱਡੇ ਵੀ ਖੜ੍ਹੇ ਹੋ ਬਰਾਬਰ ਦੇ ਵੀ ਹੋ ਛੋਟੇ ਵੀ ਹੋ ਛੋਟੇ ਛੋਟੇ ਬੱਚੇ ਇਹ ਮੂਵੀ ਬਣਾਉਣ ਵਾਲੇ ਭਰਾ ਸਾਊਂਡ ਵਾਲੇ ਗਿੱਲ ਸਾਹਿਬ ਔਰ ਇੱਥੇ ਆਪਣੀ ਸੇਵਾ 'ਚ ਮਗਨ ਬੰਦੇ ਸੇਵਾਦਾਰ ਭਰਾ ਸਾਰੇ ਜਿਹੜੇ ਕੋਈ ਜਲ ਦੀ ਸੇਵਾ 'ਤੇ ਹੈ ਸ਼ਬੀਲ 'ਤੇ ਹੈ ਕੋਈ ਲੰਗਰ ਦੀ ਸੇਵਾ 'ਤੇ ਹੈ ਆਪੋ ਆਪਣੀ ਕਿਰਤ ਕਮਾਉਣ ਆਏ ਇੱਧਰ ਇੱਧਰਲੇ ਪਾਸੇ ਆਪਣੀਆਂ ਦੁਕਾਨਾਂ 'ਤੇ ਆਪਣੇ ਰੁਜ਼ਗਾਰ ਲਈ ਕਰਮ ਧਰਮ ਕਮਾਉਣਾ ਇਸ ਨੂੰ ਕਹਿੰਦੇ ਹੈ ਸੋ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਤੁਹਾਡੇ ਸਾਰਿਆਂ ਦੇ ਅੰਦਰ ਵਸਦੇ ਉਸ ਪਰਮਾਤਮਾ ਨੂੰ ਉਸ ਪਰਮਾਤਮਾ ਨੂੰ ਮੇਰਾ ਕੋਟੀ ਕੋਟ ਪ੍ਰਣਾਮ ਕਬੂਲ ਕਰਿਓ ਪੁਲਿਸ ਆਫਿਸਰ ਸਾਹਿਬਾਨ ਸਾਡੇ ਭਰਾ ਅਫਸਰ ਆਏ ਹੋਏ ਆ ਤੁਹਾਡਾ ਬਹੁਤ ਬਹੁਤ ਸਤਿਕਾਰ ਜੀ ਆਇਆਂ ਨੂੰ ਆ ਜਾਓ ਜਿੰਨਾ ਸਮਾਂ ਮਹਾਰਾਜ ਬਖਸ਼ਦੇ ਹੈ ਉਹਦੇ ਨਾਮ ਦੀਆਂ ਵਡਿਆਈਆਂ ਆਪਣੇ ਪਰਿਵਾਰਾਂ ਦੀਆਂ ਗੱਲਾਂ ਇੱਜ਼ਤ ਦੀਆਂ ਗੱਲਾਂ ਧਰਮ ਦੀਆਂ ਗੱਲਾਂ ਕਰਮ ਦੀਆਂ ਗੱਲਾਂ ਅਗਲਾ ਕਲਾਮ ਹੈ ਵਸਦੇ ਘਰਾਂ ਨੂੰ ਜਿਹੜੇ ਤੁਰ ਗਏ ਉਜਾੜ ਕੇ ਮੈਂ ਸੁਣਿਆ ਉਹ ਰਹਿੰਦੇ ਆ ਗਵਾਂਢ ਵਿੱਚ ਯਾਰ ਦੇ ਵੇਖ ਮਰਦਾਨਿਆ ਉਹ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਰੰਗ ਕਰਤਾਰ ਦੇ ਇੱਕ ਵਾਰੀ ਜੇ ਸਾਜਾਂ ਦੀ ਆਵਾਜ਼ ਤੇ ਗਵਈਏ ਦੀ ਆਵਾਜ਼ ਪੂਰੀ ਵਧੀਆ ਸਮਝ ਆਉਂਦੀ ਆ ਮੈਨੂੰ ਤਾੜੀ ਮਾਰ ਕੇ ਦੱਸ ਦਿਓ ਬਸ ਸਹੀ ਹੈ ਕੰਮ ਓਕੇ ਵੇਖ ਭਾਈ ਬਾਲਿਆ ਅਸੀਂ ਅਜੇ ਸਾਰੇ ਕੱਲ੍ਹ ਹੀ ਅਮਰੀਕਾ ਤੋਂ ਆਏ ਹਾਂ ਦੋ ਢਾਈ ਮਹੀਨੇ ਠੰਡੇ ਮੁਲਕਾਂ 'ਚ ਰਹਿਆ ਹੈ
ਇੱਥੇ ਨਾ ਲੋਕ ਡਰਾਈ ਜਾਂਦੇ ਸੀ, ਕਹਿੰਦੇ ਤੂੰ ਪੰਜਾਬ ਆ ਤੈਨੂੰ ਫਿਰ ਪਤਾ ਲੱਗੂ ਖਾੜਾ ਕਿਵੇਂ ਲੱਗਦਾ। ਪਰ ਅੱਜ ਮਹਾਰਾਜ ਦੇ ਰੰਗ ਦੇਖ ਲਓ, ਮੀਂਹ ਪੈ ਗਏ ਹੈ ਔਰ ਗਰਮੀ ਵੀ ਘੱਟ ਗਈ। ਇਹੀ ਆ ਭੈਣੇ ਵੇਖ ਭਾਈ ਬਾਲਿਆ ਰੰਗ ਕਰਤਾਰ ਦੇ, ਹੋਰ ਕਿਹੜੇ ਰੰਗ ਹੈ, ਆਹੀ ਰੰਗ ਆ ਜਦੋਂ ਟੈਂਪਰੇਚਰ 46 ਡਿਗਰੀ ਤੋਂ 35 ਰਹੇ। ਵੇਖ ਭਾਈ ਬਾਲਿਆ ਰੰਗ ਕਰਤਾਰ ਦੇ, ਸੋ ਆ ਜਾਓ ਰੰਗ ਪੇਸ਼ ਕਰਨ ਲੱਗੇ। ਅੱਜ ਆਇਆਂ ਨੂੰ ਹੋ ਗਏ ਮੈਨੂੰ 2 ਘੰਟੇ ਇੱਥੇ ਪਹੀ 'ਤੇ ਖੜਾ ਮੈਂ, ਇਹ ਬਾਅਦ 'ਚ ਆਇਆ ਸਾਰੇ, ਮੈਂ ਇਕੱਲਾ ਪਹਿਲਾਂ ਆ ਗਿਆ। ਮੈਂ ਵਿਹਲਾ ਖੜਾ ਸੀ, ਮੈਂ ਕਿਹਾ ਚੱਲ ਸਵਾਰੀਆਂ ਢੋਲ ਗਏ ਮੇਲੇ ਨੂੰ, ਮੈਂ ਕਿ ਗੇੜਾ ਲੱਗ ਗਿਆ ਇੱਥੇ। ਉੱਧਰੋਂ ਕੁਛ ਬਜ਼ੁਰਗ ਬੀਬੀਆਂ ਤੁਰੀਆਂ ਆਉਣ, ਮੈਂ ਚੱਲ ਬੀਬੀ ਆ ਚੱਲ ਗਏ ਮੇਲੇ 'ਤੇ ਛੱਡ ਕੇ ਆਵਾਂ। ਉਹ 3-4 ਸੀਗੀਆਂ, ਮੈਨੂੰ ਕੋਈ ਨਹੀਂ ਜਾਣਦੀ ਸੀ ਉਹਨਾਂ 'ਚੋਂ। ਮੈਂ ਉਹਨਾਂ ਨੂੰ ਵੈਸੇ ਹੱਸਣ ਲੱਗਿਆ, ਮੈਂ ਕਿੱਥੇ ਚੱਲੀਆਂ, ਕਹਿੰਦੀਆਂ ਮੇਲੇ 'ਤੇ ਚੱਲੇ ਹਾਂ। ਮੈਂ ਕਿਹਾ ਮੈਂ ਉੱਥੇ ਗਾਉਣ ਵਾਲਾ ਵੀ ਲੱਗਣਾ ਨਾ ਵੇ ਭਾਈ, ਅਸੀਂ ਨਹੀਂ ਸੁਣਦੀਆਂ ਸਾਂਦੀਆਂ ਗਾਉਣ ਵਾਲਿਆਂ ਨੂੰ, ਅੱਜ ਤਾਂ ਮੱਥਾ ਟੇਕ ਕੇ ਆਉਣਾ ਬਾਬਾ ਜੀ ਨੂੰ। ਮੈਂ ਬੇਬੇ ਇੰਨੀ ਬੇਇੱਜ਼ਤੀ, ਮੈਂ ਹੁਣ ਕਿਹੜੇ ਮੂੰਹ ਨਾਲ ਦੱਸਾਂ ਉਹਨਾਂ ਨੂੰ ਵੀ ਮੈਂ ਗਾਉਣ ਵਾਲਾ ਹੀ ਹਾਂ। ਮੈਂ ਕਿਹਾ ਆਪਦੀ ਇੱਜ਼ਤ ਆਪਦੇ ਹੱਥ ਹੈ, ਹੁਣੇ ਹੀ ਕਵਰ ਕਰ ਲਓ ਵੀ ਮੈਂ ਤਾਂ ਵੈਸੇ ਆਇਆ ਸੀ। ਸੋ ਬਹੁਤ ਬਹੁਤ ਪਿਆਰ ਮੇਰੀਆਂ ਮਾਵਾਂ ਲਈ, ਇਹ ਮਹਾਨਤਾ ਹੈ, ਇਸ ਪੀੜ੍ਹੀ ਦੀ ਮਹਾਨਤਾ ਹੈ। ਜਦੋਂ ਉਮਰ ਵੱਧਦੀ ਹੈ ਨਾ, ਰੱਬ ਵਾਲੇ ਪਾਸੇ ਲੱਗਦੇ, ਪਰ ਸਾਡੇ ਵਰਗੇ ਨਚਾਰ ਨਹੀਂ ਚੇਤੇ ਰਹਿੰਦੇ, ਇਹ ਮਹਾਨ ਗੱਲ ਹੈ। ਇੱਥੇ ਜੇ ਮੇਰਾ ਹੰਕਾਰ ਹੋਵੇ ਮੈਂ ਕਹਾਂ ਵੀ ਮੈਨੂੰ ਨਹੀਂ ਜਾਣਦੀ ਤੂੰ, ਪਰ ਜੇ ਗੁਰੂ ਪੀਰ ਵਾਲੇ ਪਾਸੋਂ ਦੇਖੀਏ ਤਾਂ ਫਿਰ ਭਾਈ ਇਹ ਉੱਧਰਲੇ ਪਾਸੇ ਲੱਗੀਆਂ ਵੀ ਹੈ, ਜਿੱਧਰ ਫਿਰ ਕਿਸੇ ਗਾਇਕ ਕਲਾਕਾਰ ਦੀ ਜਾਂ ਕਿਸੇ ਹੋਰ ਆ ਮੇਰੇ ਵਰਗੇ ਜੌਕਰ ਦੀ ਕੋਈ ਵੈਲਿਊ ਨਹੀਂ ਹੈ। ਸੋ ਇਹ ਆਪਦੇ ਕੰਮੀ ਲੱਗੀਆਂ, ਮਹਾਨ ਕੰਮ ਨੇ, ਸੋ ਲੱਗੀਆਂ ਰਹਿਣ। ਇਹਨਾਂ ਮਾਵਾਂ ਲਈ ਇੱਕ ਭਰਪੂਰ ਤਾੜੀ ਮਾਰ ਦਿਓ ਪੁੱਤ ਪੰਜਾਬ ਦੇ। ਬੜੀ ਆ ਪਹਿਲਾਂ ਵਾਲਾ ਬਾਪੂ ਰੁਪਈਏ 20 ਫੜਾ ਗਿਆ, 20 ਦਾ ਗੀਤ ਬੜਾ ਸੋਹਣਾ ਇੱਕ, ਕਰ ਗਿਆ ਬੂਟੇ ਹਰੇ, ਕਰ ਗਿਆ ਬੂਟੇ ਹਰੇ ਜਿਹੜੇ ਕਦੇ ਵੀ ਸੁੱਕਦੇ ਨਾ। ਹੁਣ ਫੜਾ ਦਿਓ, ਕਰ ਗਿਆ ਬੂਟੇ ਹਰੇ ਵੇ ਜਿਹੜੇ ਕਦੇ ਵੀ ਸੁੱਕਦੇ ਨਾ, ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ, ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ, ਰਾਮ ਨਾਮ ਦੇ ਵੇੜੇ ਉਹ ਰਾਮ ਨਾਮ ਦੇ ਵੇੜੇ, ਰਾਮ ਨਾਮ ਦੇ ਵੇੜੇ ਵੇ ਬਾਬਾ ਕਦੇ ਵੀ ਰੁਕਦੇ ਨਾ, ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ, ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ। ਮਾਵਾਂ ਬੈਠੀਆਂ ਤੁਹਾਡੇ ਲਈ ਗੱਲ ਕਹਿਣ ਲੱਗਿਆ ਕਿ ਜਿੰਨਾ ਕੋਲੇ ਮਾਵਾਂ ਹੈ ਨੀ, ਜਿੰਨਾ ਕੋਲੇ ਮਾਵਾਂ ਹੈ ਨੀ ਉਹ ਪੁੱਛੀ ਦੁੱਖ ਸੋਹਣਿਆ, ਉਹ ਛਾਂ ਕਿੱਥੋਂ ਮਿਲੂ ਜਦੋਂ ਹੈ ਨੀ ਰੁੱਖ ਸੋਹਣਿਆ, ਉਹ ਬੰਦਾ ਰੋਂਦਾ ਪਿੱਛੋਂ, ਬੰਦਾ ਰੋਂਦਾ ਪਿੱਛੋਂ ਭਾਈ ਵੇਖ ਵੇਖ ਥਾਵਾਂ, ਉਹ ਦੁੱਧਾਂ ਨਾਲ ਇਹ ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਤਰਸਦੀਆਂ ਕਈ ਮਾਵਾਂ, ਉਹ ਪਿੰਡ ਵਾਲਿਓ ਦੁੱਧਾਂ ਨਾਲ ਉਹ ਪੁੱਤ ਪਾਲ ਕੇ ਸਾਂਭੀ ਦੀ ਐ ਸਾਂਭਲਾ, ਅੱਗੇ ਮਾਂ ਦੀ ਆ ਵੀ ਸਾਂਭੀ ਦੀ ਐ ਸਾਂਭਲਾ, ਇਹ ਮਾਂ ਤੇ ਰੱਬ ਰੂਪ ਰਾਜਿਆਂ ਨੂੰ ਜੰਮਦੀ ਇਹ ਭਗਤੀ ਸਰੂਪ ਹੈ, ਤਾਈਓ ਮੈਂ ਵੀ ਵੀਰਾ, ਤਾਈਓ ਮੈਂ ਵੀ ਵੀਰਾ, ਮੇਰੀ ਬੇਬੇ ਬੇਬੇ, ਮੇਰੀ ਬੇਬੇ ਬੇਬੇ, ਉਹ ਗਾਵਾਂ ਦੁੱਧਾਂ ਨਾਲ ਜਲਦਾ, ਉਹ ਮੁੰਡੇ ਕੁਛ ਕਹਿੰਦੇ ਆ, ਉਹ ਦੁੱਧਾਂ ਨਾਲ
ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਤਰਸਦੀਆਂ ਇਹ ਮਾਵਾਂ। ਉਹਦਾ ਸੁਣਨਾ ਚਾਹੁੰਦੇ ਉੱਧਰ, ਜਾਂ ਤਾਂ ਤੁਸੀਂ ਇੱਧਰ ਨੂੰ ਆ ਜਾਓ, ਹੁਣ ਸਪੀਕਰ ਦੀ ਪੈਠ ਹੈ ਤੁਹਾਡੇ ਜੀ ਨੂੰ। ਹੁਣ ਕੀ ਕਰਾਂ ਮੈਂ, ਜਾਂ ਤਾਂ ਆ ਘੁਮਾ ਦੇ ਮਾੜਾ ਜਿਹਾ ਉੱਧਰ ਨੂੰ। ਉਹ ਦੁੱਧਾਂ ਨਾਲ ਪੁੱਤ ਪਾਲ ਕੇ, ਉਹ ਚਾਵਾਂ ਨਾਲ ਧੀਆਂ ਪੁੱਤ ਪਾਲ ਕੇ, ਉਹ ਲਾਡਾਂ ਨਾਲ ਉਹ ਧੀਆਂ ਪੁੱਤ ਪਾਲ ਕੇ। ਇਹਨੂੰ ਕਹਿੰਦੇ ਆ ਭਾਈ ਪਾਸਟਰ ਵਾਲਿਓ, ਵੇਖ ਭਾਈ ਬਾਲਿਆ, ਰੰਗ ਕਰਤਾਰ ਦੇ ਵੇਖ ਭਾਈ ਬਾਲਿਆ, ਉਹ ਰੰਗ ਕਰਤਾਰ ਦੇ ਉਹ ਵੇਖ ਭਾਈ ਬਾਲਿਆ, ਉਹ ਰੰਗ ਕਰਤਾਰ ਦੇ ਵਸਦੇ ਘਰਾਂ ਨੂੰ ਜਿਹੜੇ ਤੁਰ ਕੇ ਉਜਾੜ ਕੇ ਉਜਾੜ ਕੇ ਉਜਾੜ ਕੇ ਵਸਦੇ ਘਰਾਂ ਨੂੰ ਜਿਹੜੇ ਤੁਰ ਕੇ ਉਜਾੜ ਕੇ ਮੈਂ ਸੁਣਿਆ ਜੋ ਰਹਿੰਦੇ ਨੇ, ਸੁਣਿਆ ਜੋ ਰਹਿੰਦੇ ਨੇ ਗਵਾਂਢ ਵਿੱਚ ਯਾਰ ਦੇ, ਸੁਣਿਆ ਜੋ ਰਹਿੰਦੇ ਨੇ ਗਵਾਂਢ ਵਿੱਚ ਯਾਰ ਦੇ, ਵੇਖ ਭਾਈ ਉਹ ਬਾਲਿਆ ਰੰਗ ਕਰਤਾਰ ਦੇ, ਵੇਖ ਭਾਈ ਉਹ ਬਾਲਿਆ ਰੰਗ ਕਰਤਾਰ ਦੇ, ਵੇਖ ਭਾਈ ਉਹ ਬਾਲਿਆ। ਛੋਟੇ ਹੁੰਦੇ ਨੇ ਇੱਕ ਗੱਲ ਸੁਣੀ ਹੈ ਅਫਸਰਾਂ ਬਾਰੇ, ਲੋਕੀ ਲੱਖ ਬਦਮਾਸ਼ੀ ਕਰਦੇ ਸਾਰੇ ਪੜੇ ਪੈਣ ਤੋਂ ਡਰਦੇ। ਮਿਹਰਬਾਨੀ ਕਿਉਂ ਪੰਜਾਬ ਪੁਲਿਸ ਵਾਰਦੀ ਆ ਨਾ ਨੋਟ ਫਿਰ, ਵੇਖ ਭਾਈ ਉਹ ਬਾਲਿਆ ਰੰਗ ਕਰਤਾ, ਵੇਖ ਭਾਈ ਉਹ ਬਾਲਿਆ ਗੱਲ ਕਿੱਥੇ ਸੀ ਵੀ। ਇੱਕ ਤਾਂ ਸੱਜਣ ਜਿਹੜਾ ਮੂੰਹ ਤੇ ਗੱਲ ਕਹਿ ਦੇ, ਮੂੰਹ ਤੇ ਗੱਲ ਕਹਿ ਦੇ, ਇੱਕ ਤਾਂ ਸੱਜਣ
ਜਿਹੜਾ ਮੂੰਹ ਤੇ ਗੱਲ ਕਹਿ ਦੇਵੇ ਪਰ ਉਹਨਾਂ ਦਾ ਕੀ ਕਰਾਂ, ਉਹਨਾਂ ਦਾ ਕੀ ਕਰਾਂ ਜਿਹੜੇ ਝੂਠ ਝੂਠ ਮਾਰਦੇ, ਉਹਨਾਂ ਦਾ ਕੀ ਕਰਾਂ ਜਿਹੜੇ ਝੂਠ ਝੂਠ ਮਾਰਦੇ। ਵੇਖ ਭਾਈ ਪਾਲਿਆ ਰੰਗ ਕਰਤਾਰ ਦੇ, ਵੇਖ ਭਾਈ ਪਾਲਿਆ ਰੰਗ ਕਰਤਾਰ ਦੇ, ਵੇਖ ਭਾਈ ਪਾਲਿਆ ਰੰਗ ਕਰਤਾਰ ਦੇ, ਵੇਖ ਭਾਈ ਪਾਲਿਆ। ਤੇ ਜਾਂਦੀ ਵਾਰੀ ਕਹਿ ਚੱਲੇ ਤੇਰੇ ਸੀ ਤੇ ਤੇਰੇ ਆ, ਜਾਂਦੀ ਵਾਰੀ ਕਹਿ ਚੱਲੇ ਤੇਰੇ ਸੀ ਤੇ ਤੇਰੇ ਆਂ। ਬਾਬੇ ਇੱਕ ਗੀਤ ਹੈ, ਬੜਾ ਪੁਰਾਣਾ ਗੀਤ ਹੈ, ਰੱਖ ਮੈਂ ਮਾੜਾ ਦੀਪੂ। ਹਾਏ ਕਰਕੇ ਮਦੀਨੇ ਵੱਲ ਮੂੰਹ, ਮੈਨੂੰ ਕਾਬਾ ਦਿਸਣਾ ਤੂੰ, ਹਾਵੇ ਕਰਕੇ ਮਦੀਨੇ ਵੱਲ ਮੂੰਹ, ਮੈਨੂੰ ਕਾਬਾ ਦਿਸਣਾ ਤੂੰ, ਇਹ ਕਲਮਾ ਪੜਾਇਆ ਮੈਨੂੰ ਤੂੰ, ਕਲਮਾ ਪੜਾਇਆ ਮੈਨੂੰ ਤੂੰ, ਮੈਂ ਸਾਰੀ ਰਾਤ ਕੱਤਿਆ ਕਰੂੰ, ਕੱਤਿਆ ਕਰੂੰ ਮੈਂ ਤੇਰੀ ਰੂ, ਮੈਂ ਸਾਰੀ ਰਾਤ ਕੱਤਿਆ ਕਰੂੰ, ਕੱਤਿਆ ਕਾਲੀ ਸਾਰੀ ਰਾਤ ਕੱਤਿਆ ਕਰੂੰ। ਫੜਿਆ ਮੇਰਾ ਹੱਥ ਤੂੰ, ਵੇ ਤੂੰ ਮੈਂ ਤੇ ਹੋ ਗਈ ਮੈਂ ਤੂੰ, ਇਹ ਕਲਮਾ ਪੜਾਇਆ ਮੈਨੂੰ ਤੂੰ, ਕਲਮਾ ਪੜਾਇਆ ਮੈਨੂੰ ਤੂੰ, ਸਾਰੀ ਰਾਤ ਕੱਤਿਆ ਕਰੂੰ, ਕੱਤਿਆ ਕਰੂੰ ਮੈਂ ਤੇਰੀ ਰੂ, ਮੈਂ ਸਾਰੀ ਰਾਤ ਕੱਤਿਆ ਕਰੂੰ, ਕੱਤਿਆ ਕਰੂੰ ਮੈਂ ਤੇਰੀ ਰੂ, ਮੈਂ ਸਾਰੀ ਰਾਤ ਕੱਤਿਆ ਕਰੂੰ। ਇੱਧਰ ਬਾਬਿਆਂ ਨੂੰ ਦੇਖ ਕੇ ਚੇਤੇ ਆਉਂਦਾ ਅਸੀਂ ਕਿਹਦੇ ਆ, ਆ ਸਜਾਇਆ ਹੋਇਆ ਦਮਾਲਾ ਸਾਹਿਬ ਸਾਨੂੰ ਯਾਦ ਕਰਾਉਂਦਾ ਉਹ ਪੰਜਾਬ ਵਾਲੇ ਉਹ ਕਿਹਦੇ ਆ। ਸਮੇਂ ਦੀ ਰਫਤਾਰ ਐਸੀ ਹੈ ਵਿਸਰ ਗਿਆ ਕਿਹਦੇ ਆ, ਯਾਦ ਕਰਨ ਤੇ ਵਕਤ ਲੱਗਦਾ ਹੈ, ਉਹ ਗਰੇਲਾ ਕੀਦਾ ਹੋਏ ਜੀ ਜੀ। ਇੱਥੋਂ ਵਾਲੀ ਗੱਲ ਨਹੀਂ, ਇੱਥੇ ਤਾਂ ਕਿਸੇ ਮਾਂ ਦੀ ਕੁੱਖ ਨੇ ਭਾਗ ਲਾ ਤੇ ਦੁਨੀਆ ਦਿਖਾਤੀ, ਰੌਲਾ ਹੈ ਮੈਂ ਗੱਲ ਉਹਦੀ ਕਰਦਾ ਜਿਹਦਾ ਮੈਂ ਹੈ, ਅਤੇ ਮਾਂ ਵੀ ਜਿਹਦੀ ਹੈ, ਮੇਰਾ ਪਿਓ ਵੀ ਜਿਹਦਾ ਹੈ, ਆਪਾਂ ਸਾਰੇ ਜਿਹਦੇ ਹਾਂ, ਉਹਦੀ ਗੱਲ ਹੈ। ਜਦੋਂ ਗੱਲ ਚੱਲਦੀ ਹੈ ਨਾ ਵੀ ਕਿਹਦੇ ਹੈ, ਘਰੋਂ ਮਿਲੇ ਸੌਦਾ ਤੇ ਦੁਕਾਨਾਂ ਤੇ ਨਹੀਂ ਚਾਹੀਦਾ, ਪਿੰਡ ਵਾਲਿਓ ਸੁਣ ਕੇ ਮੁੰਡਿਓ ਗੱਲ ਨੂੰ, ਘਰੋਂ ਮਿਲੇ ਸੌਦਾ ਤੇ ਦੁਕਾਨਾਂ ਤੇ ਨਹੀਂ ਚਾਹੀਦਾ, ਘਰੋਂ ਮਿਲੇ ਸੌਦਾ ਤੇ ਦੁਕਾਨਾਂ ਤੇ ਨਹੀਂ ਚਾਹੀਦਾ, ਉਹ ਗੱਲ ਪਤਾ ਹੋਵੇ ਨਾ ਤੇ ਰੌਲਾ ਵੀ ਨਹੀਂ ਪਈਦਾ, ਗੱਲ ਪਤਾ ਹੋਵੇ ਨਾ ਤੇ ਰੌਲਾ ਵੀ ਨਹੀਂ ਪਈਦਾ, ਗੱਲ ਪਤਾ ਹੋਵੇ ਨਾ ਤੇ ਰੌਲਾ ਵੀ ਨਹੀਂ ਪਈਦਾ। ਪਾਣੀ ਨਾਲੇ ਪਾਣਾ ਦੇ ਗਏ ਰੂਹਾਂ ਦਾ ਗਾਣਾ ਦੇ ਗਏ, ਪਾਣੀ ਨਾਲੇ ਪਾਣਾ ਦੇ ਗਏ ਰੂਹਾਂ ਦਾ ਗਾਣਾ ਦੇ ਗਏ,
ਬੂਟਾ ਦਾ ਸਿੱਕ ਤਾਂ ਸੁੱਕ ਜਾਊ, ਇਹ ਬੂਟਾ ਦਾ ਸਿੱਕ ਤਾਂ ਸੁੱਕ ਜਾਊ, ਜੋ ਗੁਰੂਆਂ ਨੇ ਲਾਇਆ। ਖਾਲਸਾ ਸਜਾਇਆ ਗੁਰਾਂ ਨੇ, ਖਾਲਸਾ ਸਜਾਇਆ, ਖਾਲਸਾ ਸਜਾਇਆ ਗੁਰਾਂ ਨੇ, ਖਾਲਸਾ ਸਜਾਇਆ। ਰੱਬ ਦੇ ਖਿਡਾਰੀ ਇੰਨੀ ਛੇਤੀ ਨਹੀਂ ਉਹ ਹਾਰਦੇ, ਰੱਬ ਦੇ ਖਿਡਾਰੀ ਇੰਨੀ ਛੇਤੀ ਨਹੀਂ ਉਹ ਹਾਰਦੇ। ਵੇਖ ਭਾਈ ਉਹ ਪਾਲਿਆ ਰੰਗ ਕਰਦਾਰ ਦੇ, ਵੇਖ ਭਾਈ ਉਹ ਪਾਲਿਆ ਰੰਗ ਕਰਦਾਰ ਦੇ, ਵੇਖ ਭਾਈ ਉਹ ਪਾਲਿਆ ਰੰਗ ਕਰਦਾਰ ਦੇ, ਵੇਖ ਭਾਈ ਉਹ ਪਾਲਿਆ। ਸ਼ੁਕਰਾਨੇ ਤੁਹਾਡੇ ਸਭ ਦੇ। ਇੱਧਰ ਦੇ ਜੀ, ਕਿਵੇਂ ਹਾਂ, ਮਸਤ ਬਣਾ ਦੇਣਗੇ? ਆ ਜਾਓ ਬਾਬਿਓ, ਨਾ ਜਾਈ ਮਾ, ਮੈਨੂੰ ਪਤਾ ਤੁਸੀਂ ਉਹੀ ਚਾਹੁੰਦੇ ਹੋ, ਨਾ ਜਾਈ ਮਸਤਾਂ ਦੇ ਵੇਲੇ ਮਸਤ ਬਣਾ ਦੇਣ। ਪੇਸ਼ ਕਰਨ ਲੱਗਿਆ ਬਾਬਿਓ, ਉਹਨਾਂ ਮਸਤ ਫਕੀਰਾਂ ਦੀ ਬਾਤ, ਉਹਨਾਂ ਬਾਬਿਆਂ ਦੀ ਬਾਤ, ਉਹਨਾਂ ਮਾਈਆਂ ਦੀ ਬਾਤ ਜਿਨ੍ਹਾਂ ਨੇ ਬੰਦਗੀ ਵਾਲਾ ਚਰਖਾ ਕੱਤਿਆ, ਡਰਾਮਾ ਨਹੀਂ ਕੀਤਾ, ਜਿਨ੍ਹਾਂ ਨੇ ਵਾਕਈ ਬੰਦਗੀ ਵਾਲਾ ਕੱਤਿਆ ਬਾਈ, ਜਿਨ੍ਹਾਂ ਨੇ ਮੈਡੀਟੇਸ਼ਨ ਕੀਤੀ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਖੋਜਿਆ, ਇਕੱਲੀਆਂ ਮੇਰੇ ਵਾਂਗੂ ਗੱਲਾਂ ਨਹੀਂ ਕੀਤੀਆਂ, ਨਾ ਜਾਈ ਮਸਤਾਂ ਦੇ ਵਿਹੜੇ ਮਸਤ ਬਣਾ ਦੇਣਗੇ। ਬੀਬਾ ਪਾਣੀ ਦੀ ਘੁੱਟ ਦੇ, ਹਾਂਜੀ ਆ ਬਾਬਾ, ਵੇਚਾ ਪੈ ਗਿਆ ਸੈਂਟਰ ਨਾਲ, ਅਸੀਂ ਪੜ੍ਹਾਂਗੇ ਕਿਸਾਨ ਮਜ਼ਦੂਰ ਏਕਤਾ। ਵਾਹ ਯਾਰ, ਇੱਧਰਲੇ ਪਿੰਡਾਂ 'ਚ ਗੇੜਾ ਵੱਜਿਆ ਨਹੀਂ ਮੋਰਚੇ ਤੋਂ ਬਾਅਦ, ਤੁਹਾਨੂੰ ਉਸ ਕਿਸਾਨੀ ਮੋਰਚੇ ਦੀ ਜਿੱਤ ਦੀਆਂ ਬਹੁਤ ਮੁਬਾਰਕਾਂ, ਇੱਕ ਵਾਰੀ ਤਾੜੀ ਮਾਰ ਲਓ ਬਾਬਿਓ। ਇਹ ਤੁਹਾਡੀ ਸਭ ਦੀ ਜਿੱਤ ਸੀ, ਇਹਨਾਂ ਮਾਵਾਂ ਦੀਆਂ ਦੁਆਵਾਂ ਸੀ, ਇਹਨਾਂ ਮੇਰੀਆਂ ਭੈਣਾਂ ਦੀਆਂ ਅਰਦਾਸਾਂ ਸੀ, ਸਾਡੇ ਬਜ਼ੁਰਗਾਂ ਦੀ, ਮੇਰੇ ਭਰਾਵਾਂ ਦੀ ਬਾਰਡਰਾਂ 'ਤੇ ਹਾਜ਼ਰੀ ਸੀ, ਅਤੇ ਸਭ ਦਾ ਭਲਾ ਸੀ। ਜਿੱਤੇ ਪਤਾ ਕਿਉਂ ਪਾਸਟਰ ਵਾਲਿਓ, ਪਤਾ ਕਿਉਂ ਜਿੱਤੇ ਮੋਰਚਾ? ਜਿਹੜੇ ਪੁਆੜੇ ਪੰਜਾਬ 'ਚ ਪਵਾਏ ਵੀ ਆ ਨਾ ਕੁਛ ਲੋਕਾਂ ਨੇ, ਆਹ ਸਿੱਖ ਹੈ ਕੰਧ ਕੱਢ ਦਿਓ, ਆਹ ਹਿੰਦੂ ਹੈ ਫਿਰ ਕੰਧ ਕੱਢ ਦਿਓ,
ਆਹ ਮੁਸਲਮਾਨ ਹੈ ਫਿਰ ਕੰਧ ਕੱਢ ਦਿਓ, ਉੱਤੇ ਲੈਂਟਰ ਪਾ ਦਿਓ। ਉਦੋਂ ਅਸੀਂ ਉਹ ਕੰਧਾਂ ਤੋੜੀਆਂ, ਉਦੋਂ ਪੰਜਾਬ ਵਾਲਿਆਂ ਨੇ ਸੱਚੀਆਂ ਜੋ ਗੁਰੂ ਨੇ ਕਿਹਾ ਨਾ ਸਦੀਆਂ ਪਹਿਲਾਂ, ਉਹ ਆਪਣੀ ਆਪਣੀ ਜ਼ਿੰਦਗੀ 'ਚ ਲਾਗੂ ਕੀਤਾ ਉਸ ਵੇਲੇ ਆਪਾਂ ਸਾਰਿਆਂ ਨੇ। ਜਦੋਂ ਦੇਖੀਦਾ ਸੀ ਨਾ ਟਿੱਕਰੀ ਬਾਰਡਰ 'ਤੇ ਜਾਂ ਸਿੰਘੂ ਬਾਰਡਰ 'ਤੇ ਕੋਈ ਹਿੰਦੂ ਭਰਾ ਵੀ ਜਦੋਂ ਦਾਲ ਵਾਲੀ ਬਾਲਟੀ ਚੱਕ ਕੇ ਲੰਗਰ 'ਚ ਫਿਰਦਾ ਸੀ, ਦਾਲ ਵਾਹਿਗੁਰੂ ਭਾਈ, ਦਾਲ ਵਾਹਿਗੁਰੂ ਭਾਈ, ਦਾਲ ਵਾਹਿਗੁਰੂ, ਧਰਮ ਨਾਲ ਚਾਹ ਚੜ੍ਹਦਾ ਸੀ ਦੇਖ ਕੇ। ਹਾਲਾਂਕਿ ਉੱਥੇ ਲੜਾਈ ਲੜਨ ਗਏ ਸੀ ਸਾਰੇ, ਪਰ ਦੇਖ ਕੇ ਖੁਸ਼ੀ ਬਹੁਤ ਹੁੰਦੀ ਸੀ ਜਦੋਂ ਮੁਸਲਮਾਨ ਭਰਾ ਲੰਗਰ ਵਰਤਾਉਂਦੇ ਸੀ, ਜਦੋਂ ਛਬੀਲਾ ਲਾਉਂਦੇ ਸੀ ਮਲੇਰਕੋਟਲੇ ਵਾਲੇ ਬਾਬੇ। ਨਹੀਂ ਪਤਾ ਲੱਗਦਾ ਸੀ ਉਦੋਂ ਸਿੱਖ ਕੌਣ ਹੈ, ਹਿੰਦੂ ਕੌਣ ਹੈ। ਉਦੋਂ ਐਂ ਲੱਗਦਾ ਸੀ ਕਿ ਜਿਹੜਾ ਬਾਬਾ ਕਹਿੰਦਾ ਨਾ ਵੀ ਆਪਾਂ ਇੱਕ ਦੇ ਹੀ ਹਾਂ, ਸੱਚੀਓ ਹੀ ਆ ਆ ਉਹ ਵਰਤਾਰਾ ਵੀ ਇੱਕ ਦੇ ਹੀ ਹੈ। ਮਿਲ ਕੇ ਰਿਹੋ, ਜੁੜ ਕੇ ਰਿਹੋ, ਇਕੱਠੇ ਰਿਹੋ, ਇਕੱਠੇ ਰਿਹੋ, ਇਹ ਸੱਚੀ ਭਲਾ ਹੈ, ਇਹ ਸੱਚੀ ਭਲਾ ਹੈ। ਰੋਮ ਰੋਮ ਵਿੱਚ ਵਾਸ ਸੱਜਣ ਦਾ, ਰੋਮ ਰੋਮ ਵਿੱਚ ਵਾਸ ਸੱਜਣ ਦਾ, ਡਾਡਾ ਏ ਧਰਵਾਸ ਸੱਜਣ ਦਾ, ਤੁਰ ਪਈਆਂ ਹੁਣ ਯਾਰ ਦੇ ਘਰ ਨੂੰ, ਨੀ ਮੈਂ ਛੱਡ ਨਹੀਂ ਸਕਦੀ ਨੀ ਉਹਦੇ ਦਰ ਨੂੰ। ਆ ਦੁਨੀਆ ਪਈ ਖਸਮਾਂ ਨੂੰ ਖਾਵੇ, ਆ ਦੁਨੀਆ ਪਈ ਖਸਮਾਂ ਨੂੰ ਖਾਵੇ, ਆ ਦੁਨੀਆ ਪਈ ਖਸਮਾਂ ਨੂੰ ਖਾਵੇ, ਤੇ ਮਸਤੀ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ, ਤੇ ਮਸਤੀ ਮੈਂ ਫਿਰਦੀ ਰੂਹ ਮੇਰੀ ਅੱਲਾ ਅੱਲਾ ਗਾਵੇ, ਰੂਹ ਮੇਰੀ ਅੱਲਾ 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 ਗਾਵੇ, ਤੇ ਮਸਤੀ ਉਹ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ, ਤੇ ਮਸਤੀ ਮੈਂ ਫਿਰਦੀ ਸਹੁ ਰੱਬ ਦੀ ਰਿਹਾ ਨਾ ਜਾਵੇ, ਤੇ ਮਸਤੀ ਮੈਂ ਰੂਹ ਮੇਰੀ ਅੱਲਾ ਅੱਲਾ ਗਾਵੇ, ਤੇ ਮਸਤੀ ਮੈਂ ਫਿਰਦੀ ਤੇ ਕਹਿੰਦੀ ਜਾਈ ਮਸਤਾ ਦੇ ਵੇਲੇ ਮਸਤ ਬਣਾ ਦੇਣ ਕੇ ਪੀਪਾ, ਨਾ ਜਾਈ ਮਸਤਾ ਦੇ ਵੇਲੇ ਮਸਤ ਬਣਾ ਦੇਣ ਕੇ ਨਾੜੀ ਦਵਾ ਦੇ ਨਾ, ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣ ਕੇ ਪੀਪਾ, ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣ ਕੇ ਪੀਪਾ, ਨਾ ਜਾਈ ਮਸਤਾ ਦੇ ਵੇੜੇ ਮਸਤ ਬਣਾ ਦੇਣ ਕੇ ਪੀਪਾ।
ਬਣ ਜਾਏਗੀ ਦੁਨੀਆਦਾਰੀ ਨੇ ਮਸਤਾਂ ਦੀ ਯਾਰੀ ਭੁੱਲ ਜਾਏਗੀ ਦੁਨੀਆਦਾਰੀ ਨੇ ਜਦੋਂ ਚੜ੍ਹਗੀ ਮਸਤੀ ਪਾਰੀ ਤੇਰੀ ਹਸਤੀ ਮਿੱਟ ਜਾਊ ਸਾਰੀ ਨੀ ਇਹਨਾਂ ਇੱਕੋ ਹੀ ਘੁੱਟ ਪਿਆਉਣੀ ਇੱਕੋ ਹੀ ਘੁੱਟ ਪਿਆਉਣੀ ਸਾਧ ਨੇ ਕੋਈ ਘੁੱਟ ਪਿਆਉਣੀ ਹੋ ਛੁੜਾ ਦੇਣ ਕੇ ਪੀਪਾ ਨਾ ਚਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਕੇ ਪੀਪਾ ਨਾ ਚਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਕੇ ਨਾ ਚਾਈ ਮਸਤਾਂ ਦੇ ਵੇੜੇ ਪੱਕੇ ਮਸਤਾਂ ਦੇ ਬਾਣੇ ਤੇਰੇ ਬਦਲ ਦੇਣ ਕੇ ਬਾਣੇ ਨੀ ਪੱਕੇ ਮਸਤਾਂ ਦੇ ਮੰਨਿਆ ਮੈਂ ਪੈਸੇ ਲੈ ਕੇ ਨੱਚਣਾ ਹੈ ਪਰ ਮੇਰਾ ਵਪਾਰ ਮਾੜਾ ਨਹੀਂ ਹੈ ਵਪਾਰ ਮੇਰਾ ਦੇਸੀ ਘਿਓ ਦਾ ਹੀ ਹੈ ਇਹ ਮੈਂ ਤਾਂ ਕਹਿੰਦਾ ਵੀ ਤਾੜੀ ਲਗਾਤਾਰ ਨਹੀਂ ਵੱਜਦੀ ਤੁਹਾਡਾ ਭਰਾ ਮੈਂ ਮੇਰੀ ਗੱਲ ਚੇਤੇ ਰੱਖਿਓ ਜਿਵੇਂ ਤੁਹਾਡੇ ਘਰਾਂ 'ਚ ਨਾ ਜਿਨ੍ਹਾਂ ਦੇ ਰੱਖੜੀਆਂ ਬੰਨਦੀਆਂ ਹੋ ਉਵੇਂ ਹੀ ਮੱਥਾ ਟੇਕਦਾ ਇੱਥੇ ਆ ਕੇ ਤੁਹਾਨੂੰ ਮੈਂ ਇਸ ਕਰਕੇ ਐਂ ਨਹੀਂ ਲੱਗਦਾ ਵੀ ਕੋਈ ਬਾਹਰ ਲਿਓ ਆਪਦੇ ਹੋ ਕਹਿ ਕਹਿ ਕੇ ਤਾੜੀਆਂ ਮਰਵਾਊਂਗਾ ਕਹਿ ਕਹਿ ਕੇ ਬਦਲ ਦੇਣ ਕੇ ਬਾਣੇ ਨੀ ਬਦਲ ਦੇਣ ਕੇ ਬਾਣੇ ਨੀ ਤੇਰੇ ਬਦਲ ਦੇਣ ਕੇ ਬਾਣੇ ਨੀ ਇਹਨਾਂ ਸੁਰ ਤੂੰ ਬੇਦਲਾਉਣੇ ਨਾਲੇ ਭਜਨ ਸਾਈਆਂ ਦੇ ਗਾਉਣੇ ਨੀ ਨਾਲੇ ਭਜਨ ਸਾਈਆਂ ਦੇ ਗਾਉਣੇ ਨੀ ਨਾਲੇ ਭਜਨ ਸਾਈਆਂ ਦੇ ਗਾਉਣੇ ਨੀ ਇਹਨਾਂ ਸੁਰ ਤੂੰ ਬੇਦਲਾਉਣੇ ਬੋਲੀ ਪਹਿਲਾਂ ਵੀ ਬਹੁਤ ਤਾਰੀ ਪਾਈ ਹੈ ਅੱਜ ਵੀ ਪਾਉਣੇ ਆ ਥੈਂਕ ਯੂ ਵੈਰੀ ਮੱਚ ਇੱਕ ਬੋਲੀ ਪੈਂਦੀ ਹੈ ਤੂੰਬੇ ਨੂੰ ਲੈ ਕੇ ਇਹ ਤੂੰਬਾ ਮੇਰੀ ਜਾਨ ਕੁੜੇ ਹਾਏ ਤੂੰਬਾ ਇਹ ਤੂੰਬਾ ਬੜਾ ਸ਼ੈਤਾਨ ਕੁੜੇ ਹਾਏ ਤੂੰਬਾ ਨੀ ਪ੍ਰਸੰਨ ਕੁੜੇ ਸੁਣੀ ਹੈ ਬੋਲੀ ਨੀ ਆ ਜਿਹੜੀਆਂ ਸਾਡੀਆਂ ਦਾਦੀਆਂ ਬੈਠੀਆਂ ਨਾ ਦਾਦੀਆਂ ਇਹਨਾਂ ਦੇ ਨਾਂ ਲੱਭਣੇ ਬਹੁਤ ਸੌਖੇ ਹੈ ਲੈ ਦੇ ਕੇ ਉਹੀ ਨਾਂ ਨੇ ਕਰਤਾਰ ਕੌਰ ਮੁਖਤਿਆਰ ਕੌਰ ਤਕੜੋ ਮਾੜੋ ਛਿੰਦੀ ਪੂਤੀ ਨਿਹਾਲੋ ਇਹ ਨਾਂ ਹੈ ਸਾਡੇ ਬਸੰਤ ਕੌਰ ਉਹ ਇੰਨੇ ਨਾਂ ਦੇ ਯਾਰ ਕੱਟ ਦੇ ਅੱਧੇ ਤੇ ਕਰ ਲਾ ਮੰਨ ਲਾ ਗੱਲ 50-50 ਚ ਮੈਨੂੰ ਕੀ ਖਬਰ ਦੇ ਦੇ
ਇਹ ਨਾਂ ਹੈ ਸਾਡੀਆਂ ਬੀਬੀਆਂ ਦੇ। ਅੱਜ ਕੱਲ ਕੀ ਨਾਂ ਰੱਖਿਆ ਕੁੜੀ ਦਾ ਜੀ? ਐਂਜਲ। ਨਾਂ ਮਾੜਾ ਨਹੀਂ ਹੈ, ਬਹੁਤ ਸੋਹਣਾ ਹੈ, ਪਰ ਰੌਲਾ ਆ ਵੀ ਜਿੱਥੇ ਬਸੰਤ ਕੌਰ ਬੈਠੀ ਆ ਉੱਥੇ ਐਂਜਲ ਦਾ ਕੀ ਕੰਮ। ਪੰਜਾਬੀਓ, ਗੱਲਾਂ ਹੱਸਣ ਵਾਲੀਆਂ ਇਹ, ਪਰ ਇਹ ਗੱਲਾਂ ਗੰਭੀਰ ਨੇ। ਬਗਾਨੇ ਪੁੱਤ ਨਾ ਆਪਣੇ ਨਾਵਾਂ ਦੇ ਮਗਰ ਹੀ ਪਏ ਹੋਇਆ। ਜਿਹੜਾ ਮਗਰ ਸਿੰਘ ਲੱਗਦਾ ਨਾ, ਸਿੰਘ ਜਾਂ ਕੌਰ ਜਾਂ ਕੁਮਾਰ ਜਾਂ ਸ਼ਰਮਾ ਜਾਂ ਵਰਮਾ ਜਾਂ ਖਾਨ, ਇਸੇ ਤੋਂ ਤਕਲੀਫ ਹੈ। ਸੋ ਇਸ ਕਰਕੇ ਆਪਣੇ ਆਪਣੇ ਇਸ਼ਟ ਦੇ ਪੱਕੇ ਰਹੋ ਤੇ ਮਿਲ ਕੇ ਰਹੋ। ਮੈਂ ਆਪਦੀ ਮਾਂ ਨੂੰ ਬੇਬੇ ਕਹਿੰਦਾ, ਬੇਬੇ ਬੜਾ ਚੰਗਾ ਲੱਗਦਾ ਨਹੀਂ ਬੇਬੇ? ਹੈ ਤੇ ਕਹਿ ਲਿਆ ਕਰੋ। ਪਹਿਲਾਂ ਬੇਬੇ ਸੀ ਸਰਦਾਰਾ, ਫਿਰ ਬੀਬੀ ਬਣ ਗਈ, ਫਿਰ ਮੰਮੀ ਬਣ ਗਈ, ਫਿਰ ਮੌਮ ਬਣ ਗਈ, ਫਿਰ ਮੰਮ ਬਣ ਗਈ। ਪੁੱਛ ਕੇ ਦੱਸੀ ਹੁਣ ਕੀ ਬਣਾਉਣਾ ਰੱਬ ਨੇ। ਆਵਾਜ਼ ਮਾਂ ਨੂੰ ਵੱਜਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਬਾਬਾ ਬੇਬੇ ਕਹਿ ਕੇ ਜਿਹੜਾ ਨਜ਼ਾਰਾ ਹੁੰਦਾ ਨਾ ਧਰਮਣਾ ਪੰਜਾਬ ਵਾਲਿਓ, ਬੇਬੇ ਕਮਲੀ ਕੁੱਟੀ ਚੱਲੋ ਨੀ ਮੇਰੀ ਬੇਬੇ, ਨੀ ਮੈਂ ਕਹਾ ਬੇਬੇ ਨੀ ਮੇਰੀ ਬੇਬੇ ਨੀ ਬੇਬੇ ਮੇਰੀ ਬੇਬੇ। ਬੋਲੀ ਸੀ ਤੂੰਬਾ ਮੇਰੀ ਜਾਨ ਕੁੜੇ, ਇੱਥੇ ਮੇਲੇ 'ਚ ਛੜੇ ਵੀ ਆਏ ਹੋਏ ਆ। ਮਾਰੋ ਖਾ ਤਾੜੀ, ਛੜੇ ਮਾੜਾ ਜਿਹਾ ਮੈਨੂੰ ਦੱਸੋ ਕਿੰਨੇ ਕੁ ਹੈ, ਕੋਈ ਮੰਨਣ ਨੂੰ ਤਿਆਰ? ਉਹ ਛੜਿਓ, ਇਹ ਬੋਲੀ ਤੁਹਾਡੇ ਵਿਆਹ 'ਚ ਪੈਣੀ ਆ। ਜਿਹੜੇ ਜਿਹੜੇ ਧਿਆਨ ਨਾਲ ਸੁਣ ਲੈਣਗੇ ਮੈਂ ਲਿਖ ਕੇ ਦਿੰਦਾ, ਵਿਆਹ ਛੇਤੀ ਹੋਣਗੇ। ਓਏ ਆ ਬੋਲੀ ਐ ਪੈਂਦੀ ਆ, ਤੂੰਬਾ ਮੇਰੀ ਜਾਨ ਕੁੜੇ। ਅੱਜ ਤਾਂ ਸਾੜੀਆਂ ਬੀਬੀਆਂ ਨਾ ਚੁੰਨੀ ਦੇ ਪੱਲੇ ਨਾਲ ਪੱਲੇ ਇਉਂ ਢੱਕ ਲੈਂਦੀਆਂ, ਬੋਲੀ ਇਹ ਪਾਉਂਦੀਆਂ, ਸ਼ੁਰੂ ਪਤਾ ਕਿਵੇਂ ਕਰਦੀਆਂ? ਅਫਸਰ ਕਿੱਥੇ ਆ ਪੰਜਾਬ ਪੁਲਿਸ ਵਾਲੇ? ਵੱਖਰੀ ਗੱਲ ਆ, ਤੁਹਾਡੇ ਹੋ ਗਏ ਪਰ ਫਿਰ ਵੀ ਬੋਲੀ ਜ਼ਰੂਰ ਸੁਣ ਲਿਓ। ਹਾਂਜੀ ਬਾਪੂ ਜੀ, ਜੀ ਜੀ ਸੇਵਾਦਾਰ ਨੇ ਬਾਪੂ ਜੀ, ਤਾਰਾ ਸਿੰਘ ਹੋਣੀ ਪ੍ਰਾਇਮਰੀ ਸਕੂਲ 'ਚ ਆਪਦੇ ਪੁੱਤ ਦਾ ਮਾਣ ਕਰਕੇ ਗਏ ਹੈ। ਬਾਪੂ ਤਾੜੀਆਂ ਵੀ ਪਰਵਾਈਏ ਨਾ ਤਾਂ। ਅੱਜ ਬਾਪੂ ਦਾ ਕੋਈ ਪਤਾ ਨਹੀਂ ਕਰਿਆ, ਬੇਬੇ ਨੂੰ ਜਾ ਕੇ ਘੂਰੇ ਨਹੀਂ ਮੇਰੀ ਇੱਜ਼ਤ ਕਰਿਆ ਕਰ, ਉਹ ਆਖੂਗੀ ਕਿਉਂ ਉਹ ਦੇਖਿਆ ਉੱਥੇ ਕਨਵਰ ਕਰਿਆ ਮੇਰਾ ਨਾਮ ਬੋਲ ਕੇ ਗਿਆ। ਇਹ ਤੂੰਬਾ ਮੇਰੀ ਜਾਨ ਕੁੜੇ ਐ ਪੈਂਦੀ ਆ ਬੋਲੀ। ਇਹ ਤੂੰਬਾ ਮੇਰੀ ਜਾਨ ਕੁੜੇ, ਦਾ ਪਰਦਾ ਨਹੀਂ।
ਕਰਦਾ ਸਾਈਆਂ ਦਾ ਸੁਣ ਜੀ ਨੱਚਣ ਨੂੰ ਕਰਦਾ ਨੀ ਜੀ ਨੱਚਣ ਨੂੰ ਕਰਦਾ ਨੀ ਮੈਂ ਕਾਹਦਾ ਰੱਖਣਾ ਪਰਦਾ ਨੀ ਮੈਂ ਰੱਖਣਾ ਪਰਦਾ ਨੀ ਮੈਂ ਮੇਰੀ ਬੇਬੇ ਦਾ ਸਾਜ ਮੇਰੀ ਬੇਬੇ ਦਾ ਸਾਜ ਮੇਰੀ ਬੇਬੇ ਦਾ ਸਾਜ ਸਮਾਨ ਕੁੜੇ ਐਸੇ ਰੰਗ ਚੜਾ ਦੇਣਗੇ ਅਫਸਰੋ ਅਫਸਰੋ ਮੈਨੂੰ ਪਤਾ ਹੈ ਤੇ ਮੈਂ ਤਾਂ ਉਹਨਾਂ ਦਾ ਸ਼ੁਕਰ ਹੀ ਕਰੀ ਜਾਂਦਾ ਬਾਬਿਆਂ ਦਾ ਐਡੇ ਵੱਡੇ ਇਕੱਠ 'ਚ ਇੱਕ ਫੁੱਫੜ ਕੋਈ ਚੱਕਰ ਨਹੀਂ ਹੁਣ ਰੋਜ਼ ਅਖਾੜੇ ਹੀ ਲਾਉਣੇ ਆ ਭਰਾਵਾ ਤੇ ਫੁੱਫੜਾਂ ਦਾ ਕੀ ਪਤਾ ਪੰਜ ਮਿਲ ਜਾਣ ਦਸ ਮਿਲ ਜਾਣ ਇੱਥੇ ਤਾਂ ਲਾ ਦੇ ਇੱਕ ਹੈ ਇਹਨੂੰ ਤਾਂ ਆਪੇ ਸਾਂਭਣ ਵਾਲਾ ਸਾਂਭ ਲੂ ਮੁੜ ਨਾ ਲੱਥਣ ਐਸੇ ਰੰਗ ਚੜਾ ਦੇਣਗੇ ਬੀਬਾ ਉਹ ਮੁੜ ਨਾ ਲੱਥਣ ਐਸੇ ਰੰਗ ਚੜਾ ਦੇਣਗੇ ਬੀਬਾ ਚਾਈ ਮਸਤਾਂ ਦੇ ਵੇਲੇ ਮਸਤ ਬਣਾ ਦੇਣਗੇ ਬੀਬਾ ਚੱਲਦੇ ਆ ਕੋਈ ਨੀ ਭੈਣੇ ਚੱਲਦੇ ਆ ਹਾਂ ਕੁਛ ਨੀ ਹੁੰਦਾ ਬਾਜੂ ਤੁਸੀਂ ਹਿਸਾਬ ਲਾ ਲਓ ਵੀ ਮੇਰੀ ਪਹਿਲੀ ਦਿਹਾੜੀ ਹੈ ਜੇ ਹਜੇ ਰਾਤ ਨੂੰ ਜਾ ਕੇ ਫਿਰ ਦੀਨਾ ਨਗਰ ਨੱਚੂੰਗਾ ਤੇ ਤੁਹਾਨੂੰ ਇੰਨੀ ਕਾਹਲੀ ਹੈ ਜਵਾਕ ਭੈਣੇ ਸਾਰਿਆਂ ਦੇ ਹੀ ਆ ਮੇਰੇ ਵੀ ਦੋ ਹੈ ਇਹ ਤਾਂ ਸਾਰਿਆਂ ਦੇ ਹੀ ਹੈ ਪੇਚਾ ਇਹਦੇ ਵਿੱਚ ਲਾ ਦੂੰਗਾ ਪੇਚਾ ਕੌਣ ਕਹਿ ਰਿਹਾ ਪੇਚੇ ਨੂੰ ਜੀ ਲਾਉਣਾ ਬਾਈ ਛੱਲੇ ਦੇ ਵਿੱਚ ਲਾਉਂਗਾ ਇਹ ਛੱਲਾ ਨੌ ਨੌ ਖੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਪਰ ਇਹ ਧੀਆਂ ਪਹਿਲੋਂ ਦੇਵੇ ਇਹ ਕੁੜੀਆਂ ਸਭ ਨੂੰ ਦੇਵੇ ਇਹ ਪਹਿਲੋਂ ਦੇਵੇ ਗੱਲ ਸੁਣ ਛੱਲਿਆ ਕਾਵਾਂ ਮਾਵਾਂ ਠੰਡੀਆਂ ਛਾਵਾਂ ਆ ਜੋ ਲੋਕ ਗੀਤ ਆ ਪੰਜਾਬ ਦਾ ਛੱਲਾ ਔਰ ਛੱਲੇ ਤੋਂ ਪਹਿਲਾਂ ਕਮਾਈਆਂ ਦੀ ਗੱਲ ਕਰਦੇ ਹਾਂ ਬਾਬਿਓ ਜਿਹੜੇ ਪਾਸੇ ਮੈਂ ਲੱਗਿਆ ਹੋਇਆ ਜਾਂ ਤੁਹਾਡੇ 'ਚੋਂ ਕੋਈ ਹੋ ਸਕਦਾ ਹੈ ਉਹਨਾਂ ਕਮਾਈਆਂ ਦੀ ਗੱਲ ਕਰਦੇ ਹਾਂ ਉਹਨਾਂ ਗਠੜੀਆਂ ਦੀ ਗੱਲ ਕਰਦੇ ਹਾਂ ਜਿਹੜੀਆਂ ਭਰਨ ਲੱਗੇ ਹੋਏ ਹੈ ਲਫ਼ਜ਼ਾਂ ਰਾਹੀਂ ਪੇਸ਼ ਕਰਨ ਲੱਗੇ ਇਸ ਸਭਾ ਦੇ ਵਿੱਚ ਅਮੀਰ ਵੀ ਬੈਠਾ ਹੈ ਗਰੀਬ ਵੀ ਬੈਠਾ ਹੈ ਪੜ੍ਹਿਆ ਲਿਖਿਆ ਵੀ ਬੈਠਾ ਹੈ ਅਨਪੜ੍ਹ ਵੀ ਬੈਠਾ ਹੈ
ਥੋੜ੍ਹਾ ਜਿਹਾ ਗੋਰਾ ਵੀ ਬੈਠਾ ਹੈ, ਥੋੜ੍ਹਾ ਜਿਹਾ ਕਾਲਾ ਵੀ ਬੈਠਾ, ਭੂਰਾ ਜਿਹਾ ਵੀ ਬੈਠਾ, ਜਾਂ ਕਹਿੰਦਾ ਉਹ ਅਫਸਰ ਵੀ ਘਸਮੈਲਾ ਜਿਹਾ ਵੀ ਬੈਠਾ। ਪਰ ਇੱਕ ਗੱਲ, ਰੰਗ ਕੋਈ ਵੀ ਹੈ, ਭਾਵੇਂ ਰਿਕਸ਼ਾ ਚਲਾਉਂਦਾ ਤੇ ਭਾਵੇਂ ਜਹਾਜ਼ 'ਤੇ ਹੈ, ਭਾਵੇਂ ਖਾੜੇ ਲਾਉਂਦਾ ਭਾਵੇਂ ਤਬਲਾ ਵਜਾਉਂਦਾ, ਭਾਵੇਂ ਬੂਟ ਪਾਲਸ਼ਾਂ ਕਰਦਾ, ਭਾਵੇਂ ਟਰੱਕ ਚਲਾਉਂਦਾ, ਆਟੋ ਚਲਾਉਂਦਾ, ਕੋਈ ਵੀ ਕੰਮ ਕਰਦਾ, ਰੱਬ ਕੋਲੇ ਜਦੋਂ ਜਾਣਾ ਨਾ ਬਾਬਾ, ਰੱਬ ਕੋਲੇ ਮਰ ਕੇ ਜਾਣਾ ਜਦੋਂ ਉਹਦੀ ਦਰਗਾਹ 'ਚ। ਹੁਣ ਤੁਸੀਂ ਦੇਖ ਲਓ ਵੀ ਗੁਰੂ ਮੇਰਾ ਰਵਿਦਾਸ ਕਿਹੜੇ ਟਰੱਕ ਚੱਲਦੇ ਸੀ, ਬਾਬਾ ਮੇਰਾ ਨਾਨਕ ਪੁੱਤ ਪਟਵਾਰੀਆਂ ਦਾ ਪਰ ਅੰਦਰ ਗਰੀਬੀ ਹੈ, ਬਾਬਾ ਮੇਰਾ ਕਬੀਰ ਖੱਡੀਆਂ ਬੁਣਦਾ ਸੀ, ਖੱਦਰ ਵੇਚ ਕੇ ਆਉਂਦਾ ਸੀ ਘਰੇ, ਬਾਬਾ ਜੀ ਦੇ ਘਰੋਂ ਮਾਤਾ ਲੋਈ, ਬੇਟਾ ਤੇ ਬੇਟੀ ਕਮਾਲਾ ਤੇ ਕਮਾਲੀ, ਖੱਦਰ ਵੇਚਦਾ ਭੈਣੇ, ਆਟਾ ਲੈ ਕੇ ਆਉਂਦਾ, ਰੋਟੀ ਪੱਕਦੀ। ਹੁਣ ਜਿਹਨਾਂ ਨੂੰ ਅਸੀਂ ਗੁਰੂ ਕਹਿੰਦੇ ਹਾਂ, ਉਹਨਾਂ ਕੋਲ ਤਾਂ ਕੁਛ ਵੀ ਨਹੀਂ ਸੀ ਜਿਹੜੀ ਦੌੜ ਚ ਆਪਾਂ ਲੱਗੇ ਪਏ ਹਾਂ, ਪਰ ਉਹ ਸਾਡੇ ਗੁਰੂ ਹੈ, ਪਿਓ ਆ ਸਾਡੇ। ਹੁਣ ਜਿਹੜੇ ਮੇਰੇ ਵਰਗੇ ਉਲਝੇ ਫਿਰਦੇ ਆ, ਮਾਇਆ ਹੀ ਮਾਇਆ, ਮਾਇਆ ਹੀ ਮਾਇਆ, ਮਾਇਆ ਹੀ ਮਾਇਆ, ਬੜੀ ਮਿਹਰਬਾਨੀ ਬਾਪੂ। ਉਹਨਾਂ ਲਈ ਇਹ ਗੀਤ ਹੈ, ਸਭ ਤੋਂ ਪਹਿਲਾਂ ਮੈਂ ਕਹਿੰਦਾ ਨਾ ਮੇਰੇ ਲਈ ਹੈ, ਇਹ ਨਾ ਸਮਝ ਲਓ ਮੈਂ ਕਿਸੇ 'ਤੇ ਉਪਦੇਸ਼ ਝਾੜ ਰਿਹਾ ਨਹੀਂ, ਜਾਂ ਗਿਆਨ ਵੰਡ ਰਿਹਾ ਨਹੀਂ, ਮੈਂ ਆਪਦਾ ਦੁੱਖੜਾ ਆਪਦਾ ਰੋਣਾ ਰੋ ਰਿਹਾ। ਜੇ ਤੁਹਾਡੇ 'ਚੋਂ ਵੀ ਇਸ ਗੀਤ ਨਾਲ ਕਿਸੇ ਦੀ ਗੱਲ ਮਿਲਦੀ ਹੋਈ, ਜ਼ਿੰਦਗੀ ਮਿਲਦੀ ਹੋਈ, ਤਾਂ ਫਿਰ ਭਾਈ ਤੁਸੀਂ ਵੀ ਇਸ ਗੀਤ ਨੂੰ ਆਪਣਾ ਸਮਝ ਲਿਓ। ਗੀਤ ਦੇ ਬੋਲ ਕੀ ਆ, ਪਤਾ ਮੈਥੋਂ ਕੀ ਗਲਤੀ ਹੋ ਗਈ, ਪਤਾ ਮੈਥੋਂ ਕੀ ਗਲਤੀ ਹੋ ਗਈ, ਲੈ ਭਾਈ ਤੂੰ ਵੀ ਸੁਣਨ ਜਾਣਾ, ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ, ਮੈਂ ਉਹਦੀਆਂ ਉਹ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ, ਮੈਂ 100 ਵੀ ਜੋੜਿਆ, ਮੈਂ 100,000 ਵੀ ਜੋੜਿਆ, ਜੋੜ ਤੇ ਕਈ ਕਰੋੜ ਲਏ, ਪਿੰਡ ਵਾਲਿਓ ਮੇਰੀ ਆਪਦੀ ਕਹਾਣੀ ਹੈ, ਮੈਂ 100 ਵੀ ਜੋੜਿਆ, ਫਿਰ ਮੈਂ 100,000 ਵੀ ਜੋੜਿਆ, ਮੈਂ ਜੋੜ ਤੇ ਕਈ ਕਰੋੜ ਲਏ, ਦੁਨੀਆਂ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ, 2.5 ਮਹੀਨੇ ਲਾ ਕੇ ਆਏ ਹਾਂ ਬਾਹਰਲੇ ਮੁਲਕਾਂ 'ਚ, ਕੈਨੇਡਾ ਅਮਰੀਕਾ, ਬਹੁਤ ਪੈਸੇ ਦਿੱਤੇ ਉਹਨਾਂ ਨੇ, ਪਰ ਕੀ ਉਹਨਾਂ ਪੈਸਿਆਂ ਦੇ ਨਾਲ ਮੈਨੂੰ ਚੈਨ ਵੀ ਮਿਲਿਆ ਕਿ ਨਹੀਂ? ਨਹੀਂ ਮਿਲਿਆ। ਸਕੂਨ ਮਿਲਿਆ, ਕੋਈ ਰੱਬ ਚੇਤੇ ਆਇਆ, ਉਹਦੀ ਹੋਂਦ ਮਹਿਸੂਸ ਹੋਣ ਲੱਗੀ? ਨਹੀਂ। ਮੈਂ 100 ਵੀ ਜੋੜਿਆ, 100,000 ਵੀ ਜੋੜਿਆ, ਜੋੜਿਆ ਜੋੜ ਤੇ ਕਈ ਕਰੋੜ ਲਏ, ਇਹ ਦੁਨੀਆਂ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ, ਪਰ ਮੈਂ ਅੰਦਰੋਂ ਨਾਤੇ ਤੋੜ ਲਏ, ਭੱਜਦਾ ਭੱਜਦਾ ਭੁੱਲ ਮੈਂ ਬੈਠਾ, ਭੱਜਦਾ ਭੱਜਦਾ ਭੁੱਲ ਮੈਂ ਬੈਠਾ, ਓਏ ਉਹਨੇ ਜੋ ਦੇਣਾ ਉਹੀ ਉਹ ਖਾਣਾ, ਮੈਂ ਉਹਦੀਆਂ ਭਾਈ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ, ਮੈਂ ਉਹਦੀਆਂ ਗੱਠੜੀਆਂ। ਆਖਰੀ ਪਰ ਇਸ ਗੀਤ ਦਾ ਭੈਣ, ਕਿ ਆ ਗਈ ਚਿੱਠੀ ਆਵਾਜ਼ ਪੈ ਗਈ, ਆ ਗਈ ਚਿੱਠੀ ਆਵਾਜ਼ ਪੈ ਗਈ, ਮੈਂ ਰੋ ਰੋ ਕਰੀ ਤਿਆਰੀ, ਆ ਗਈ ਚਿੱਠੀ ਤੇ ਆਵਾਜ਼ ਪੈ ਗਈ, ਮੈਂ ਰੋ ਰੋ ਕਰੀ ਤਿਆਰੀ, ਬੰਨੀ ਗੱਠੜੀ ਮੈਂ ਚੁੱਕਣ ਲੱਗਾ, ਉਹਨੇ ਭਰੇ ਵਗਾ ਕੇ ਮਾਰੀ,
ਉਹਨੇ ਪਰੇ ਵਗਾ ਕੇ ਮਾਰੀ। ਬੰਦਾ ਜੋੜੀ ਜਾਂਦਾ ਹੈ, ਜੋੜੀ ਜਾਂਦਾ ਹੈ, ਘਰ ਬਣਾ ਲੈਂਦਾ ਹੈ, ਕਾਰਾਂ ਖਰੀਦ ਲੈਂਦਾ ਹੈ, ਸੋਹਣੇ ਕੱਪੜੇ ਖਰੀਦ ਲੈਂਦਾ ਹੈ, ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦਾ ਹੈ, ਬੈਂਕਾਂ 'ਚ ਪੈਸੇ ਜ਼ਮੀਨਾਂ ਖਰੀਦਣ ਲੱਗ ਜਾਂਦਾ ਹੈ, ਹੋਰ ਪਲਾਟ ਲੈ ਲਓ, ਫਲਾਨਾ ਲੈ ਲਓ, ਆਹ ਲੈ ਲਓ, ਅਖੀਰ ਤੇ ਸਾਰਾ ਕੁਝ ਛੱਡ ਕੇ ਮਰ ਜਾਂਦਾ ਹੈ। ਔਰ ਜਿਨ੍ਹਾਂ ਦੀ ਖਾਤਰ ਮਰਦਾ ਹੈ, ਇੱਕ ਦਿਨ ਨਹੀਂ ਰੱਖਦੇ ਹੋ, ਇੱਕ ਦਿਨ ਉਦੋਂ ਹੀ ਕਹਿੰਦੇ ਜਾਂ ਤਾਂ ਉੱਥੇ ਫਰਿੱਜ 'ਚ ਰੱਖਿਓ, ਵੀ ਜਾਂ ਤਾਂ ਉੱਥੇ ਉਹ ਫਰਿੱਜ ਪਈ ਆ ਸ਼ਹਿਰ 'ਚ ਉੱਥੇ ਰੱਖਿਓ, ਤੇ ਜਾਂ ਭਾਈ ਕੰਮ ਨਿਬੇੜੋ। ਤੇ ਕਿਹਦੀ ਖਾਤਰ ਫਿਰ? ਆਪਾਂ ਤਾਂ ਅਜੇ ਕਹਾਣੀਆਂ ਸ਼ੁਰੂ ਕੀਤੀਆਂ ਸਾਰੇ ਮੁੰਡਿਓ, ਮੈਂ ਵੀ ਕੋਈ ਬਾਹਲਾ ਵੱਡਾ ਨਹੀਂ, ਉਮਰ 'ਚ ਤੁਹਾਡੇ ਨੇੜੇ ਤੇੜੇ ਹੀ ਹੈ, ਤੇ ਫਿਰ ਕਿਹਦੀ ਖਾਤਰ ਮਰੀ ਆ ਬਾਈ ਸਾਰੀ ਉਮਰ? ਆ ਗਈ ਚਿੱਠੀ, ਆਵਾਜ਼ ਪੈ ਗਈ, ਮੈਂ ਰੋ ਰੋ ਕਰੀ ਤਿਆਰੀ, ਪੱਲੀ ਕੱਠੜੀ ਮੈਂ ਚੁੱਕਣ ਲੱਗਾ, ਉਹਨੇ ਭਰੇ ਵਗਾ ਕੇ ਮਾਰੀ। ਹੁਣ ਜਿਹੜੀ ਗੱਠੜੀ ਉਹਨੇ ਵਗਾ ਕੇ ਮਾਰੀ ਹੈ, ਉਹਦੇ ਸਮਾਨ ਚੈੱਕ ਕਰਿਓ ਮਾਂ ਮੇਰੀ, ਉਹਦੇ 'ਚ ਸਮਾਨ ਕੀ ਹੈ ਜਿਹੜਾ ਇੱਥੇ ਰਹਿ ਜਾਣਾ। ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ, ਰਹਿ ਗਿਆ ਬਹੁਤ ਵੱਡਾ ਘਰ ਬਾਰ ਸੀ ਮੇਰਾ, ਉਹ ਰਹਿ ਗਿਆ। ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ, ਬਹੁਤ ਵੱਡਾ ਘਰ ਬਾਰ ਸੀ ਮੇਰਾ, ਉਹ ਕੱਲਾ ਕੱਲਾ ਯਾਰ ਸੀ ਮੇਰਾ, ਭਾਈ ਸੱਚ ਜਾਣਿਓ ਇਹ ਸੰਸਾਰ ਸੀ ਮੇਰਾ, ਸਾਰਾ ਹੀ ਰਹਿ ਗਿਆ ਮਿੱਤਰ ਪਿਆਰਿਆ। ਜੇਬਾਂ ਖਾਲੀ ਦੀਆਂ ਖਾਲੀ, ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ, ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ, ਉਹ ਮੈਨੂੰ ਇੰਨਾ ਹੀ ਲਾਂਬੂ ਲਾਣਾ, ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ, ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ, ਉਹ ਜਿਹੜਾ ਤੇਰੇ ਨਾਲ ਨਹੀਂ ਜਾਣਾ, ਉਹ ਜਿਹੜਾ ਮੇਰੇ ਨਾਲ ਨਹੀਂ ਜਾਣਾ, ਉਹ ਜਿਹੜਾ ਕਿਸੇ ਦੇ ਵੀ ਨਾਲ ਨਹੀਂ ਜਾਣਾ, ਨਾਲ ਜਾਊਗੀ ਚੁਬਰਾ, ਨਾਲ ਜਾਊਗੀ ਇੱਕ ਨਾਮ ਦੀ ਕਮਾਈ, ਉਹਦੇ ਨਾਮ ਦੀ ਕਮਾਈ, ਮੇਰੇ ਰਾਮ ਦੀ ਕਮਾਈ, ਹੋ
ਸਭਨੂੰ ਦੇਵੇ ਵੈਂਦੀਆਂ ਸਭਨੂੰ ਦੇਵੇ ਤੇ ਗੱਲ ਸੁਣ ਛੱਲਿਆ ਅੱਕਾਵਾਂ ਵੈਂਦਾਵਾਂ ਠੰਡੀਆਂ ਛਾਵਾਂ ਮਾਪਿਆਂ ਲਈ ਹੈ ਕਰਮਾਂ ਵਾਲੇ ਕਰਮਾਂ ਵਾਲੇ ਕਰਮਾਂ ਵਾਲੇ ਮੰਨਦੇ ਨੇ ਬਾਬਾ ਧੀਆਂ ਦੀ ਲੋਹੜੀ ਦਾ ਕਰਮਾਂ ਵਾਲੇ ਮੰਨਦੇ ਨੇ ਬਾਬਾ ਘਰ ਵਿੱਚ ਧੀ ਆ ਜਾਵੇ ਬਰਕਤ ਆ ਜਾਂਦੀ ਹੈ ਜਿਸ ਘਰ ਵਿੱਚ ਧੀ ਆ ਜਾਵੇ ਬਰਕਤ ਆ ਜਾਂਦੀ ਹੈ ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਉਹ ਭਾਗਾਂ ਦਾ ਖਾਂਦੀ ਹੈ ਭਾਈ ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਉਹ ਭਾਗਾਂ ਦਾ ਖਾਂਦੀ ਹੈ ਵੀਰ ਦੇ ਵਿਆਹ ਤੇ ਵੀਰ ਦੇ ਵਿਆਹ ਤੇ ਨੱਚਦੀ ਤੇ ਗਾਉਂਦੀ ਸ਼ਗਨਾਂ ਦੀ ਘੋੜੀ ਵੇ ਕਰਮਾਂ ਵਾਲੇ ਵੰਡਦੇ ਨੇ ਬਾਬਾ ਕਰਮਾਂ ਵਾਲੇ ਵੰਡਦੇ ਨੇ ਬਾਬਾ
ਇੱਕ ਹੁਕਮ ਕੀਤਾ ਸੀ, ਪੇਚਾ ਪੈ ਗਿਆ ਸੈਂਟਰ ਨਾਲ, ਉਹ ਗੀਤ ਪੇਸ਼ ਕਰਨ ਲੱਗਿਆ। ਪਰ ਉਸ ਤੋਂ ਪਹਿਲਾਂ ਇਹ ਖਾਸ ਗੀਤ ਹੈ, ਇਹ ਮੈਂ ਖੁੱਲ੍ਹਾ ਪੜ੍ਹੂੰਗਾ ਅਤੇ ਪੇਚਾ ਪੈ ਗਿਆ ਸੈਂਟਰ ਨਾਲ ਆਪਾਂ ਸਾਜ਼ਾਂ ਦੇ ਨਾਲ ਪੜ੍ਹਾਂਗੇ। ਉਹ ਗੀਤ ਬੜਾ ਖਾਸ ਹੈ, ਤੁਹਾਡੀ ਸਭ ਦੀ ਆਵਾਜ਼ ਹੈ ਗੀਤ, ਜਿਹੜਾ ਗੀਤ ਆਪਾਂ ਹੁਣ ਗਾਉਣ ਲੱਗੇ ਹਾਂ। ਮਾਂ ਮੇਰੀਓ, ਭੈਣ ਮੇਰੀਓ, ਬਜ਼ੁਰਗੋ ਅਤੇ ਭਰਾਵੋ ਅਤੇ ਛੋਟੇ ਬੱਚਿਓ, ਚੇਤੇ ਰੱਖਿਓ ਪੰਜਾਬ ਲਈ, ਆਪਣੇ ਪਿੰਡਾਂ ਲਈ, ਆਪਣੇ ਸ਼ਹਿਰਾਂ ਲਈ, ਆਪਣੇ ਲੋਕਾਂ ਲਈ ਸਾਡੇ ਕੁਛ ਫਰਜ਼ ਬਣਦੇ ਆ ਔਰ ਉਹ ਸਾਨੂੰ ਅਦਾ ਕਰਨੇ ਚਾਹੀਦੇ ਆ। ਉਹਨਾਂ ਫਰਜ਼ਾਂ 'ਚੋਂ ਜੀਵਾਂ, ਉਹਨਾਂ ਫਰਜ਼ਾਂ 'ਚੋਂ ਇੱਕ ਫਰਜ਼ ਮੈਂ ਤੁਹਾਡੇ ਚੇਤੇ ਕਰਾਉਣ ਲੱਗਿਆ। ਬਾਬਿਓ, ਘਰਾਂ ਨੂੰ ਨਾਲ ਲੈ ਕੇ ਜਾਇਓ ਇਸ ਫਰਜ਼ ਨੂੰ। ਆਵਾਜ਼ ਕੀ ਹੈ, ਦੂਜਾ ਰੱਖ ਲਈ ਬਾਬੇ, ਪਾਣੀ ਦੀ ਘੁੱਟ ਦੇ ਦੇ, ਆ ਤੇਰੇ ਵਾਲੇ ਪੈਦੇ। ਅੱਛਾ, ਕੋਈ ਨਹੀਂ, ਜੂਠੇ ਤੇਰਾ ਜੂਠਾ ਪੀ ਕੇ ਤਾਂ ਬਾਬਾ ਬਣਦੇ ਹੈ। ਗੀਤ ਦਾ ਬੋਲ ਹੈ ਕਿ ਤੁਸੀਂ ਸਾਡੀ ਕੌਮ ਦੇ, ਸੁਣਿਓ ਮੁੰਡਿਓ ਗੱਲ ਨੂੰ ਬਾਈ, ਕਿ ਤੁਸੀਂ ਸਾਡੀ ਕੌਮ ਦੇ ਖਿਲਾਫ ਚੱਲ ਰਹੇ ਹੋ। ਉਹਨਾਂ ਹਾਕਮਾਂ ਨੂੰ ਆਇਆ ਕਿ ਤੁਸੀਂ ਸਾਡੀ ਕੌਮ ਦੇ ਖਿਲਾਫ ਚੱਲ ਰਹੇ ਹੋ ਜੀ, ਪੈਰਾਂ ਹੇਠਾਂ ਲੈ ਕੇ ਇਨਸਾਫ ਚੱਲ ਰਹੇ ਹੋ, ਹੱਥ ਕਾਹ ਤੋਂ ਘੁੱਟਦੇ ਹੋ, ਔਰ ਡਰ ਕਿਹੜੀ ਗੱਲ ਦਾ, ਹੱਥ ਕਾਹ ਤੋਂ ਘੁੱਟਦੇ ਹੋ, ਡਰ ਕਿਹੜੀ ਗੱਲ ਦਾ, ਅਸੀਂ ਕਿਹੜਾ ਥੋਥੋਂ ਬਾਦਸ਼ਾਹੀ ਮੰਗ ਰਹੇ ਹਾਂ ਜੀ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵੀ ਮੰਗ ਰਹੇ ਹਾਂ, ਓਏ ਅਸੀਂ ਬੰਦੀ ਸਿੰਘਾਂ ਦੀ। ਮੈਂ ਤੁਹਾਨੂੰ ਕਹਿੰਦਾ ਇਹ ਪੂਰੇ ਪੰਜਾਬ ਦੀ ਆਵਾਜ਼ ਹੈ, ਇਹ ਇਕੱਲੇ ਸਿੱਖ ਦੀ ਆਵਾਜ਼ ਨਹੀਂ ਹੈ, ਇਹ ਸਾਰੇ ਧਰਮਾਂ ਦੀ, ਸਭ ਭਾਈਚਾਰਿਆਂ ਦੀ ਆਵਾਜ਼ ਹੈ ਕਿ ਤੁਸੀਂ ਸਾਡੀ ਕੌਮ ਦੇ ਖਿਲਾਫ ਚੱਲ ਰਹੇ ਹੋ, ਪੈਰਾਂ ਹੇਠਾਂ ਲੈ ਕੇ ਇਨਸਾਫ ਚੱਲ ਰਹੇ ਹੋ, ਹੱਥ ਕਾਹ ਤੋਂ ਘੁੱਟਦੇ ਹੋ, ਡਰ ਕਿਹੜੀ ਗੱਲ ਦਾ, ਹੱਥ ਕਾਹ ਤੋਂ ਘੁੱਟਦੇ ਹੋ, ਡਰ ਕਿਹੜੀ ਗੱਲ ਦਾ, ਅਸੀਂ ਕਿਹੜਾ ਥੋਥੋਂ ਬਾਦਸ਼ਾਹੀ ਮੰਗ ਰਹੇ ਹਾਂ, ਅਸੀਂ ਬੰਦੀ ਸਿੰਘਾਂ ਦੀ ਬਾਈ ਰਿਹਾਈ ਮੰਗ ਰਹੇ ਹਾਂ। ਅੱਗੇ ਬਾਜ ਹੈ, ਚਾਹੀਦਾ ਜਵਾਬ ਸਾਨੂੰ, ਚਾਹੀਦਾ ਜਵਾਬ, ਤੁਸੀਂ ਭੱਜੋ ਨਾ ਸਵਾਲ ਤੋਂ, ਚਾਹੀਦਾ ਜਵਾਬ ਤੁਸੀਂ ਭੱਜੋ ਨਾ ਸਵਾਲ ਤੋਂ, ਜਦੋਂ ਸਜ਼ਾ 14 ਸਾਲ ਦੀ ਤੇ ਕਿਉਂ ਕੈਦ 26 ਸਾਲ ਤੋਂ, ਜਦੋਂ ਸਜ਼ਾ 14 ਸਾਲ ਦੀ ਤੇ ਕਿਉਂ ਕੈਦ 26 ਸਾਲ ਤੋਂ, ਜਿੰਨਾ ਸਾਡੀ ਪਿੱਠੀ ਉੱਤੇ ਅੱਤਵਾਦ ਲਿਖਿਆ, ਜਿੰਨਾ ਸਾਡੀ ਪਿੱਠੀ ਉੱਤੇ ਅੱਤਵਾਦ ਲਿਖਿਆ, ਓਏ ਮਾੜਿਆਂ ਖਿਆਲਾਂ ਦੀ ਸਫਾਈ ਮੰਗ ਰਹੇ ਆ, ਅਸੀਂ ਬੰਦੀ ਸਿੰਘਾਂ ਦੀ ਓ ਭਾਈ ਰਿਹਾਈ ਮੰਗ ਰਹੇ ਆ, ਅਸੀਂ ਬੰਦੀ ਸਿੰਘਾਂ। ਸਾਡੇ ਇਤਿਹਾਸ ਉੱਤੇ ਕਲਮਾ ਚਲਾਉਂਦੇ ਕਿਉਂ, ਜਿਨ੍ਹਾਂ ਦੇ ਨਿਆਣੇ ਸਕੂਲਾਂ 'ਚ ਪੜ੍ਹਦੇ ਹੈ, ਜੇ ਕੋਈ 12ਵੀਂ ਜਮਾਤ 'ਚ ਪੜ੍ਹਦਾ ਹੈ, ਆਪਦੇ ਨਿਆਣਿਆਂ ਨੂੰ ਪੁੱਛਿਓ ਵੀ ਜਿਹੜੀ ਤੁਹਾਡੀ ਇਤਿਹਾਸ ਦੀ ਕਿਤਾਬ ਹੈ, ਹਿਸਟਰੀ ਦੀ ਗਾਈਡ ਹੈ ਜਿਹੜੀ ਤੁਹਾਡੀ, ਉਹਦੇ 'ਚ ਕੀ ਲਿਖਿਆ ਹੋਇਆ ਗੁਰੂ ਸਾਹਿਬਾਨਾਂ ਬਾਰੇ। ਆਪਦੇ ਨਿਆਣਿਆਂ ਨੂੰ ਪੁੱਛਿਓ ਜਿਨ੍ਹਾਂ ਦੇ ਨਿਆਣੇ 12ਵੀਂ ਜਮਾਤ 'ਚ ਪੜ੍ਹਦੇ ਹੈ, ਉਸੇ ਸੰਦਰਭ 'ਚ ਇਹ ਲਿਖੀ ਗਈ ਹੈ ਗੱਲ ਕਿ ਸਾਡੇ ਇਤਿਹਾਸ ਉੱਤੇ ਕਲਮਾ ਚਲਾਉਂਦੇ ਕਿਉਂ, ਝੂਠ ਕਾ ਤੋਂ ਛਾਪਦੇ ਹੋ, ਸੱਚ ਨੂੰ ਮਿਟਾਉਂਦੇ ਕਿਉਂ, ਝੂਠ ਕਾ ਤੋਂ ਛਾਪਦੇ ਹੋ,
ਉਹ ਸੱਚ ਕਿਉਂ ਮਟਾਉਂਦੇ ਕਿਉਂ ਆਉਣ ਵਾਲੀ ਪੀੜ੍ਹੀ ਜਦੋਂ ਪੜੂਗੀ ਸਕੂਲ ਚ ਸਾਡੀ ਆਉਣ ਵਾਲੀ ਪੀੜ੍ਹੀ ਜਦੋਂ ਪੜੂਗੀ ਸਕੂਲ ਚ ਇਹ ਉਹਨਾਂ ਦੀ ਕਿਤਾਬ ਚ ਸੱਚਾਈ ਮੰਗ ਰਹੇ ਅਸੀਂ ਬੰਦੀ ਸਿੰਘਾਂ ਦੀ ਭਾਈ ਰਿਹਾਈ ਮੰਗ ਰਹੇ ਅਸੀਂ ਬੰਦੀ ਸਿੰਘਾਂ ਦੇ ਨਾਲ ਆਖਰੀ ਬੋਲ ਹੈ ਜਾਣਦੇ ਨੀ ਤੁਸੀਂ ਸਾਡੇ ਕੀ ਬੀਤੀ ਹੋਈ ਹੈ ਜਾਣਦੇ ਨੀ ਤੁਸੀਂ ਸਾਡੇ ਕੀ ਬੀਤੀ ਹੋਈ ਹੈ ਸਾਡੇ ਨਾਲ ਮੁੱਢ ਤੋਂ ਹੀ ਰਾਜਨੀਤੀ ਹੋਈ ਹੈ ਸੰਤਾਲੀ ਵੇਲੇ ਦੇ ਲੱਗੇ ਹੋਏ ਆ ਜਿਹੜੀਆਂ ਚੀਜ਼ਾਂ ਸਾਡੇ ਬਜ਼ੁਰਗਾਂ ਤੋਂ ਵੀ ਸਾਨੂੰ ਸੁਣਨ ਨੂੰ ਮਿਲਦੀਆਂ ਕਦੇ 47 ਆ ਗਿਆ ਕਦੇ 84 ਆ ਗਿਆ ਕਦੇ ਬਿੱਲ ਆ ਗਏ ਕਦੇ ਕੁਛ ਆ ਗਿਆ ਕਦੇ ਇਤਿਹਾਸ ਤਰੋੜ ਮਰੋੜ ਲਿਆ ਕਦੇ ਪੰਜਾਬੀ ਭਾਸ਼ਾ 'ਤੇ ਵਾਰ ਹੋ ਗਿਆ ਬਹੁਤ ਕੁਛ ਹੋਈ ਜਾਂਦਾ ਬਹੁਤ ਕੁਛ ਹੋਈ ਜਾਂਦਾ ਸਾਡੇ ਲਾਣੇਦਾਰ ਬੈਠੇ ਆ ਸਾਡੀਆਂ ਦਾਦੀਆਂ ਬੈਠੀਆਂ ਮੈਂ ਇੱਕ ਗੱਲ ਪੰਜਾਬ ਦਾ ਗਵੱਈਆ ਹੋਣ ਦੇ ਨਾਂ 'ਤੇ ਜ਼ਰੂਰ ਕਹੂੰਗਾ ਇਹਨਾਂ ਨੇ ਆਪਦੀ ਜ਼ਿੰਦਗੀ 'ਚ ਬਹੁਤ ਮੁਸ਼ਕਲਾਂ ਘਾਲੀਆਂ ਇਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ ਜਿੰਨਾ ਸਾਂਭ ਕੇ ਰੱਖ ਸਕਦੇ ਸੀ ਇਹਨਾਂ ਨੇ ਸਾਂਭਿਆ ਅਤੇ ਹੁਣ ਮਿੱਤਰ ਪਿਆਰੇ ਹੋ ਨੌਜਵਾਨ ਮੇਰੇ ਭਰਾਵੋ ਤੁਹਾਡਾ ਤਾਂਹੀਓ ਪਿਆਰ ਆਉਂਦਾ ਹੈ ਤਾਂਹੀਓ ਤੁਹਾਡਾ ਸਤਿਕਾਰ ਕਰਨ ਨੂੰ ਜੀ ਕਰਦਾ ਮੇਰੀਆਂ ਭੈਣਾਂ ਤਾਂਹੀਓ ਤੁਹਾਡੇ 'ਤੇ ਮਾਣ ਕਰੀਦਾ ਹੁਣ ਤੁਹਾਡੇ ਮੋਢਿਆਂ 'ਤੇ ਆ ਪੰਜਾਬ ਹੱਸ ਕੇ ਟਾਲਣੀ ਹੈ ਗੱਲ ਹੱਸ ਕੇ ਟਾਲ ਲਈ ਜੇ ਅੰਦਰ ਲੈ ਕੇ ਜਾਣੀ ਹੈ ਤਾਂ ਅੰਦਰ ਲੈ ਜੀ ਤੁਹਾਡੇ ਮੋਢਿਆਂ 'ਤੇ ਆ ਪੰਜਾਬ ਜਾਂ ਤਾਂ ਬੁਲੰਦੀਆਂ 'ਤੇ ਲੈ ਜਾਓ ਐਂ ਚੱਕ ਲਿਓ ਜਾਂ ਫਿਰ ਚਾਰ ਮੋਢੇ ਲਾ ਲਿਓ ਪੰਜਾਬ ਨੂੰ ਅਰਥੀ ਬਣਾ ਲਿਓ ਜੀ ਇਹਦਾ ਸੰਸਕਾਰ ਕਰ ਦਿਓ ਮਰਜ਼ੀ ਤੁਹਾਡੀ ਹੈ ਇਹ ਗੱਲਾਂ ਬੋਲਣੀਆਂ ਬਹੁਤ ਸੌਖੀਆਂ ਦੋ ਦੋ ਤਿੰਨ ਤਿੰਨ ਲੱਖ ਲੈ ਕੇ ਪਰ ਰੌਲਾ ਇਹ ਹੰਢਾਉਣੀਆਂ ਪੈਣਗੀਆਂ ਇਹ ਕਰਨੀਆਂ ਪੈਣਗੀਆਂ ਪੰਜਾਬ ਇਹ ਨਹੀਂ ਕਹਿੰਦਾ ਵੀ ਹਥਿਆਰ ਚੱਕ ਲਓ ਆਹ ਕਰ ਦਿਓ ਮਾਰ ਦਿਓ ਮਰ ਜਾਓ ਨਹੀਂ ਬਾਬਾ ਨੀਤੀ ਆਪਦੇ ਘਰ ਨੂੰ ਸੋਹਣਾ ਬਣਾ ਆਪਦੇ ਘਰ ਨੂੰ ਸੋਹਣਾ ਬਣਾ ਆਪਦੇ ਆਂਢ ਗੁਆਂਢ ਨੂੰ ਸੋਹਣਾ ਬਣਾ ਆਪਦੇ ਮੁਹੱਲੇ ਨੂੰ ਸੋਹਣਾ ਬਣਾ ਆਪਦੇ ਪਿੰਡ ਨੂੰ ਸੋਹਣਾ ਬਣਾਓ ਬਾਬਾ ਆਪਦੇ ਸ਼ਹਿਰ ਨੂੰ ਸੋਹਣਾ ਬਣਾ ਆਪਦੇ ਸੂਬੇ ਨੂੰ ਸੋਹਣਾ ਬਣਾ ਇਹ ਮੁੰਡਿਆਂ ਨੂੰ ਕਰਨਾ ਪੈਣਾ ਜਿਹੜੀਆਂ ਲਾਣ ਤਾਂ ਸਾਨੂੰ ਮਿਲ ਰਹੀਆਂ ਨਾ ਪਿਛਲੇ 10-15 ਸਾਲਾਂ ਤੋਂ ਉਹ ਨਸ਼ੇੜੀ ਹੋ ਗਿਆ ਉਹ ਪੰਜਾਬ ਵਾਲਿਆਂ ਨੂੰ ਨਹੀਂ ਉਹ ਬਾਬਾ ਇਹ ਨਸ਼ੇ ਬਾਹਰਲੇ ਮੁਲਕ ਅਮਰੀਕਾ ਤੋਂ ਆਇਆ ਮੈਂ 50 ਸਾਲ ਹੋ ਗਏ ਉੱਥੇ ਚਿੱਟੇ ਚੁੱਟੇ ਚੱਲਦਿਆਂ ਨੂੰ 50 ਸਾਲ ਬਾਬਾ ਅਣਖੀ ਕੌਮਾਂ ਇਹ ਚਿੱਟਿਆਂ ਨਾਲ ਨਹੀਂ ਮਰਨੀਆਂ ਇਸ ਕਰਕੇ ਕਾਇਮ ਰਹੋ ਕੰਮ ਕਰੋ ਬਸ ਆਪਦਾ ਡੀਸੀ ਜ਼ਿਲ੍ਹੇ ਦਾ ਇੱਕੋ ਹੀ ਹੁੰਦਾ ਹੈ ਮਜ਼ਦੂਰੀ ਆ ਬਾਬੇ ਨਾਨਕ ਦੀ ਕਿਰਤ ਸਮਝ ਕੇ ਕਰ ਲੈ ਕਿਤੇ ਰੇਲਵੇ ਸਟੇਸ਼ਨ 'ਤੇ ਬੈਠਾ ਕੋਈ ਬੂਟ ਪਾਲਿਸ਼ ਕਰਨ ਵਾਲਾ ਦੇਖੀਦਾ ਨਾ ਬੂਟ ਪਾਲਿਸ਼ ਕਰਕੇ ਜਦੋਂ 10 ਰੁਪਏ ਦੋਨੇ ਹੱਥ ਐਂ ਕਰਕੇ ਐਂ ਲੈਂਦਾ ਹੈ ਐਂ ਲੱਗਦਾ ਹੁੰਦਾ ਗਰੇ ਵਾਲਾ ਤੇਰੇ ਨੂੰ ਤਾਂ ਆਹ ਮੂਹਰੇ ਆ ਓਏ ਲੱਖ ਲਾਣ ਤਾਂ ਤੇਰੇ 'ਤੇ 9 ਸਾਲ ਹੋ ਗਏ ਤੈਨੂੰ ਕੁੱਤੇ ਵਾਂਗੂ ਭੌਂਕਦੇ ਨੂੰ ਖੱਟਿਆ ਕੁਛ ਹੋਏ ਕੱਖ ਨਹੀਂ ਖੱਟਿਆ ਭੁਲੇਖੇ ਜਿੰਨੇ ਮਰਜ਼ੀ ਪਾਲ ਲਈਏ ਅਸੀਂ ਗਾਉਣ ਵਾਲੇ ਵੀ ਅਸੀਂ ਆਹ ਕਰਤਾ ਸੀ ਨਹੀਂ ਬਾਬਾ ਹੋਰ ਨਹੀਂ ਕੁਛ ਕਰ ਸਕਦੇ ਕਮ ਸੇ ਕਮ ਗੀਤਾਂ 'ਚ ਤਾਂ ਕਹਿ ਦਈਏ ਯਾਰ ਅੱਖਾਂ ਖੋਲ ਪੰਜਾਬ ਸਿਆਂ ਤੇਰੇ ਘਰ 'ਚ ਲੁਟੇਰੇ ਵੜ ਗਏ ਸੋ ਸਾਡੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਨਾ ਦਿਓ ਸਾਨੂੰ ਖੜਕਾ ਕੇ ਰੱਖੋ ਸਾਨੂੰ ਗਾਉਣ ਵਾਲਿਆਂ ਨੂੰ ਸਵਾਲ ਕਰਿਆ ਕਰੋ ਪੁੱਛਿਆ ਕਰੋ ਤੇਰੇ ਆ ਗੀਤ ਦਾ ਮਤਲਬ ਕੀ ਹੈ ਪੁੱਛਿਆ ਕਰੋ ਗੀਤਾਂ ਦੇ ਮਤਲਬ ਕੀ ਹੈ ਇਸ ਕਰਕੇ ਨੌਜਵਾਨ ਭਰਾਵੋ ਅਤੇ ਮੇਰੀ ਜੋ ਭੈਣੋ ਤੁਹਾਡੇ ਲਈ ਦੁਆਵਾਂ ਨੇ ਤੁਹਾਡੇ ਲਈ ਦੁਆਵਾਂ ਨੇ ਤੁਹਾਡੇ ਲਈ ਅਰਦਾਸਾਂ ਨੇ ਚੰਗੀਆਂ ਪੜ੍ਹਾਈਆਂ ਕਰੋ ਸਿਹਤਾਂ ਦਾ ਖਿਆਲ ਰੱਖੋ ਦੁਨੀਆ ਪੀਂਦੀ ਹੈ ਪਰ ਪੀਣੀ ਸਿੱਖ ਲੈ ਇਹ ਵੀ ਹੈਡਿੰਗਣਾ ਬਣਾ ਦਿਓ ਵੀ ਕਮਰ ਗਰੇਵਾਲ ਨੇ ਪੰਜਾਬੀਆਂ ਨੂੰ ਦਿੱਤੀ ਦਾਰੂ ਪੀਣ ਦੀ ਨਸੀਹਤ ਕਿਹਾ ਕਿ ਕੋਈ ਨਹੀਂ ਹੁਣ ਸਸਤੀ ਹੋ ਗਈ ਚੱਕੀ ਚੱਲੋ ਨਹੀਂ ਐਂ ਵੀ ਨਹੀਂ ਮਿਹਨਤਾਂ ਕਰੋ ਬਾਬਿਓ ਰੱਜ ਰੱਜ ਕੇ ਮਿਹਨਤਾਂ ਕਰੋ ਅਤੇ ਗੁਰੂ ਮਹਾਰਾਜ ਦਾ ਆਸਰਾ ਹਰ ਵੇਲੇ ਨਾਲ ਰੱਖੋ ਉਹਦਾ ਆਸਰਾ ਕਿਉਂਕਿ ਪੰਜਾਬ
ਵਸਦਾ ਗੁਰਾਂ ਦੇ ਨਾਲ। ਵੇਲਾ ਆ ਗਿਆ ਜਾ ਕਿਸਾਨਾ ਵੇਚਾ ਪੈ ਗਿਆ ਸੈਂਟਰ ਨਾਲ, ਤਾਰੀ ਖੁੱਲ ਕੇ ਮਾਰਿਆ ਕਰੋ। ਪੰਜਾਬੀ ਹੈ ਬੜੇ ਕਸੂਤੇ, ਇਹ ਬੜੇ ਕਸੂਤੇ ਹੋ ਤੁਸੀਂ ਸਾਰੇ। ਬਾਰਡਰ ਤੇ ਗਏ, ਕਹਿੰਦੇ ਲੜਨ ਚੱਲੇ ਆ, ਜੰਗ ਲੜਨ ਚੱਲੇ ਆ, ਬਿੱਲ ਰੱਦ ਕਰਾਉਣੇ ਆ। ਕੀ ਤੋਂ ਕਰਾਉਣੇ ਆ? ਕਹਿੰਦੇ ਸੈਂਟਰ ਗੌਰਮੈਂਟ ਤੋਂ। ਚਲੇ ਗਏ, ਆਹ ਗੀਤ ਲਾ ਲਿਆ ਕਰਨ ਉੱਥੇ ਹੱਥਣੇ ਜੇ, ਆਹ ਗੀਤ ਲਾ ਕੇ ਸਿੱਧੂ ਬਾਰਡਰ ਤੇ ਰਾਤ ਨੂੰ ਆਏ ਆ, ਲੜਦੇ ਫਿਰਦੇ ਆ। ਤੇ ਬਾਪੂ ਜੀ ਜਥੇਬੰਦੀ ਵਾਲੇ ਸਾਨੂੰ ਕਿਆ ਕਰਨ ਦੀ, ਮੁੰਡੇ ਖੁੰਡੇ ਆ ਤੁਹਾਡੀ ਮੰਨ ਲੈਣਗੇ, ਇਹਨਾਂ ਨੂੰ ਕਹਿ ਦਿਓ ਪੈ ਜਾਓ ਜਾਇਆ ਕਰੀਏ। ਉਹ ਮੁੰਡਿਓ, ਹਾਂ ਬਾਈ, ਉਹ ਪੈ ਜਾਓ, ਇਹ ਦੋ ਵੱਜ ਗਏ। ਨਹੀਂ ਬਾਈ ਨਹੀਂ, ਹੁਣ ਪੇਚਾ ਪੈ ਗਿਆ, ਉਹ ਮੱਖੇ ਰਾਤ ਨੂੰ ਤਾਂ ਕੱਢ ਲਓ, ਤੜਕੇ ਪਾ ਲਾਂਗੇ। ਇਹ ਦਲੇਰ ਕੌਣ ਆ ਬਾਬਾ? ਇਹ ਦਲੇਰ ਹੈ, ਇਹ ਜਿਹੜੇ ਭਾਈਚਾਰੇ ਨਾ, ਸਿੱਖ ਹਿੰਦੂ ਮੁਸਲਮਾਨ, ਜਦੋਂ ਇੱਦਾਂ ਨਾ ਇੱਦਾਂ, ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ। ਰੱਖੋ ਨਾ ਮਾੜੀ ਮੋਟੀ ਜਾਣ ਪ੍ਰਾਣ, ਚੜ੍ਹਦੀ ਕਲਾ। ਮੇਰਾ ਆ ਕੇ ਜਾ ਕੇ ਕਿਸਾਨਾ ਦੇ ਸਿਸਟਮ ਤੇ ਹਲਕੇ ਚ ਫਾਨਾ, ਸਿਸਟਮ ਤੇ ਹਰ ਕੁਛ ਫਾਨਾ। ਖਿੱਚ ਜਵਾਨਾ, ਖਿੱਚ
ਖਿੱਚ ਚੋਪਰਾ ਖਿੱਚ ਤਿਆਰੀ ਤੇ ਚਾਟਾ ਜਾ ਸੰਤਰਨਾ ਖਿੱਚ ਲੈ ਬਾਬਾ ਖਿੱਚ ਤਿਆਰੀ ਤੇ ਚਾਟਾ ਜਾ ਸੰਤਰਨਾ ਖਿੱਚ ਲੈ ਬਾਬਾ ਤਿਆਰੀ ਤੇ ਚਾਟਾ ਜਾ ਸੰਤਰਨਾ ਖਿੱਚ ਲੈ ਬਾਬਾ ਖਿੱਚ ਤਿਆਰੀ ਤੇ ਚਾਟਾ ਜਾ ਸੰਤਰਨਾ ਖਿੱਚ ਲੈ ਬਾਬਾ ਖਿੱਚ ਤਿਆਰੀ ਤੇ ਚਾਟਾ ਜਾ ਸੰਤਰਨਾ ਕਿਸਾਨ ਮਜ਼ਦੂਰ ਇੰਨਾ ਜੋਸ਼ ਨਾ ਲਾਉਂਗੇ ਕਰੀ ਇਹ ਕਰੀ ਅਸਮਾਨ ਨਾ ਖਾ ਕੇ ਆਵੇ ਆਵਾਜ਼ ਕਿਸਾਨ ਮਜ਼ਦੂਰ ਇੰਨਾ ਕਿਸਾਨ ਮਜ਼ਦੂਰ ਇੰਨਾ ਕਿਸਾਨ ਮਜ਼ਦੂਰ ਇੰਨਾ ਭਲੇ ਇਨਸਾਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬੁਲਾ ਨਾਨਕ ਨਾਮ ਚੜ੍ਹਦੀ ਕਲਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬੁਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬੁਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬੁਲਾ ਜੀ ਤੇਰੇ ਭਾਣੇ ਸਰਬੱਤ ਦਾ ਬੁਲਾ ਜੀ ਤੇਰੇ ਭਾਣੇ ਪਿਆਰਿਓ ਇੰਨੀਆਂ ਹਾਜ਼ਰੀਆਂ ਕਬੂਲ ਕਰਿਓ ਬਹੁਤ ਬਹੁਤ ਆਦਰ ਸਤਿਕਾਰ ਮੇਰੀਆਂ ਮਾਵਾਂ ਦਾ ਮੇਰੀਆਂ ਰੱਬ ਵਰਗੀਆਂ ਭੈਣਾਂ ਔਰ ਸਾਡੇ ਬਜ਼ੁਰਗਾਂ ਦਾ ਔਰ ਮੇਰੇ ਤਮਾਮ ਇਹਨਾਂ ਵੀਰਾਂ ਦੋਸਤਾਂ ਦਾ ਜਿਹੜੇ ਇੱਥੇ ਬੈਠੇ ਜਾਂ ਜਿਨ੍ਹਾਂ ਨੇ ਉਹ ਪਿੱਛੇ ਉੱਧਰ ਖੜ੍ਹ ਕੇ ਇਸ ਪ੍ਰੋਗਰਾਮ ਨੂੰ ਮਾਣਿਆ ਔਰ ਇਸ ਪਵਿੱਤਰ ਜਗ੍ਹਾ ਦੀ ਉਸ ਪੂਰੀ ਕਮੇਟੀ ਦਾ ਉਹਨਾਂ ਸਾਰੇ ਟਰੱਸਟ ਦੇ ਮੈਂਬਰਾਂ ਦਾ ਸਾਰੇ ਕਾਮਿਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਵਿੱਢਿਆ ਜਿਨ੍ਹਾਂ ਨੇ ਮਿਹਨਤ ਨਾਲ ਇਹ ਪ੍ਰੋਗਰਾਮ ਕਰਵਾਇਆ ਉਹਨਾਂ ਸਾਰੇ ਭਰਾਵਾਂ ਦਾ ਇਹਨਾਂ ਪੁਲਿਸ ਆਫਿਸਰ ਸਾਹਿਬਾਨਾਂ ਦਾ ਛੋਟੇ ਬੱਚਿਆਂ ਦਾ ਇਹ ਸਾਰੇ ਸਿਕਿਉਰਿਟੀ ਵਾਲੇ ਸਾਡੇ ਭਰਾ ਮੂਵੀ ਵਾਲੇ ਭਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਚੜ੍ਹਦੀ ਕਲਾ 'ਚ ਰੱਖੇ ਬਾਬੇ ਉਹ ਚੜ੍ਹਦੀ ਕਲਾ 'ਚ ਰੱਖੇ ਖਿਆਲ ਰੱਖੋ ਆਪਦਾ ਤੁਹਾਡਾ ਆਉਣਾ ਤਾਂ ਖਾਸ ਹੁੰਦਾ ਹੈ ਟੱਬਰ ਕੰਪਲੀਟ ਹੋ ਜਾਂਦਾ ਹੈ ਇਕੱਲੇ ਮੁੰਡੇ ਖੜ੍ਹੇ ਹੋਣ ਪ੍ਰੋਗਰਾਮ ਫਿਰ ਵੀ ਹੋ ਜੂਗਾ ਪਰ ਜਿੱਥੇ ਤੁਸੀਂ ਬਹਿ ਗਈ ਆ ਕੇ
ਉੱਥੇ ਫਿਰ ਸਤਸੰਗ ਬਣ ਜਾਂਦਾ, ਕਮਰਿਆਦਾ ਵੱਧ ਜਾਂਦੀ ਹੈ। ਸੋ ਤੁਹਾਡਾ ਆਉਣਾ ਜੀ ਆਇਆਂ ਨੂੰ, ਆਉਂਦੇ ਰਹੋ, ਹਾਜ਼ਰੀਆਂ ਲਵਾਉਂਦੇ ਰਹੋ, ਪਿਆਰ ਸਤਿਕਾਰ ਇੱਦਾਂ ਹੀ ਕਰਦੇ ਰਹਾਂਗੇ ਤੁਹਾਡਾ ਸਭ ਦਾ। ਬਹੁਤ ਬਹੁਤ ਆਦਰ ਸਤਿਕਾਰ ਬਾਬੇ, ਜ਼ੋਰਦਾਰ ਤਾੜੀ ਕਨਵਰ ਗਰੇਵਾਲ ਜੀ। ਔਰ ਇੰਨੀ ਐਨਰਜੀ, ਕਿਉਂਕਿ ਕੱਲ੍ਹ ਪਰਸੋਂ ਹੀ ਹਜੇ ਭਾਅ ਜੀ ਫੋਰਨ ਤੋਂ ਆਏ ਆ, ਔਰ ਇੱਕਦਮ ਆਪਣਾ ਜਿਹੜਾ ਤਾਲਮੇਲ ਇਸ ਵੈਦਰ ਦੇ ਵਿੱਚ ਸੈੱਟ ਕਰਨਾ ਬਹੁਤ ਵੱਡੀ ਗੱਲ ਹੈ। ਸਨਮਾਨ ਦੀ ਰਸਮ ਸਾਰੇ ਪ੍ਰਬੰਧਕਾਂ ਦੇ ਦੁਆਰਾ, ਕਨਵਰ ਗਰੇਵਾਲ ਸੰਗੀਤਕ ਪਰਿਵਾਰ, ਇਹ ਸਾਰੇ ਸਾਜ਼ਿੰਦਾ ਪਰਿਵਾਰ ਦੇ ਮੈਂਬਰ ਹਨ, ਮੇਰਾ ਸੋਹਣਾ ਵੀਰ ਦੀਪੂ ਭਾਅ ਜੀ, ਔਰ ਸਾਰੀ ਜਿੰਨੀ ਵੀ ਤੁਹਾਡੀ ਟੀਮ ਹੈ, ਕਾਕਾ ਭਾਅ ਜੀ, ਕਸ਼ਮੀਰ ਭਾਅ ਜੀ, ਸਾਡਾ ਵੀਰ ਸ਼ਿਵਮ, ਇਹ ਤਾਂ ਭਰਾ ਸਾਡਾ, ਔਰ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਭਰਾਵਾਂ ਦਾ ਸ਼ੁਕਰਗੁਜ਼ਾਰ ਸ਼ੁਕਰਾਨਾ ਅਜੇ, ਅਤੇ ਸਾਰੀ ਟੀਮ ਜਿੰਨੀ ਵੀ ਸਜੀ ਹੈ। ਔਰ ਇੱਕ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਪ੍ਰਬੰਧਕਾਂ ਦੇ ਵੱਲੋਂ ਕਿ ਛਿੰਝ ਹੋਣੀ ਹੈ, ਛਿੰਝ ਜ਼ਰੂਰ ਦੇਖ ਕੇ ਜਾਣੀ ਆ, ਔਰ ਸਾਰੀ ਜਿੰਨੀ ਵੀ ਮੈਨੇਜਮੈਂਟ ਹੈ, ਜਿੰਨੀ ਵੀ ਟੀਮ ਜਿਨ੍ਹਾਂ ਨੇ ਇਸ ਮੇਲੇ ਨੂੰ ਔਰਗੇਨਾਈਜ਼ ਕੀਤਾ ਜੀ, ਔਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਦਾਤਾ ਜੀ ਦੇ ਸਾਲਾਨਾ ਉਰਸ ਦੀਆਂ ਬਹੁਤ ਬਹੁਤ ਮੁਬਾਰਕਾਂ, ਦਿਲ ਤੋਂ ਦੁਆਵਾਂ ਕਿ ਜਿਹੜੀਆਂ ਜਿਹੜੀਆਂ ਆਸਾਂ ਮਰਾਦਾਂ ਲੈ ਕੇ ਤੁਸੀਂ ਸਜੇ ਹੋ, ਤੁਸੀਂ ਜੁੜੇ ਹੋ, ਸ਼ੁਕਰਾਨਾ ਉਸ ਪਾਕ ਪਵਿੱਤਰ ਦਰਬਾਰ ਦਾ, ਦਰਬਾਰ ਪੀਰ ਬਾਬਾ ਭੂਰੇ ਸ਼ਾਹ ਜੀ, ਕਿ ਜਦੋਂ ਤੇਰੇ ਨਾਲ ਲਾਇਕਾ ਤੋਂ ਹੋਰ ਦਰ ਜਾਵਾਂ, ਜੇ ਮੈਂ ਕਰਾਂ ਨਾ ਗੁਨਾਹ, ਕਿਹਨੂੰ ਦੇਵੇਂ ਤੂੰ ਸਜਾਵਾਂ, ਇਸ ਗੱਲ ਦੀ ਤਮੀਜ਼ ਅਤੇ ਤੌਫੀਕ ਰੱਬ ਦੇਵੇ ਕਿ ਕਦੇ ਕੰਮ ਤੋਂ ਬਗੈਰ ਵੀ ਮਿਲਣ ਤੈਨੂੰ ਆਵਾਂ, ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ, ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਵਾਂ, ਤੂੰ ਦਿੱਤੀ ਮਸ਼ਹੂਰੀ ਤੂੰ ਔਕਾਤ ਵਿੱਚ ਰੱਖੀ, ਇੰਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ, ਇੰਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ। ਸੋ ਸ਼ੁਕਰਾਨਾ, ਔਰ ਇੱਕ ਮੈਂ ਗੁਜ਼ਾਰਿਸ਼ ਕਰੂੰਗਾ, ਇਹ ਮੁਲਾਜ਼ਮ ਵੀਰ ਅਫਸਰ ਸਾਹਿਬ ਆ ਜਾਓ ਤੁਸੀਂ ਮੰਚ ਦੇ ਉੱਤੇ, ਤੁਹਾਡਾ ਸਨਮਾਨ ਕੋਈ ਨਹੀਂ ਛੱਡ ਕੇ ਆ ਜਾਓ, ਕੋਈ ਗੱਲ ਨਹੀਂ ਜੀ। ਔਰ ਇੱਕ ਜਿਨ੍ਹਾਂ ਵੀਰਾਂ ਨੇ ਜੋੜਿਆਂ ਦੀ ਸੇਵਾ ਕੀਤੀ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਜੀ ਕਿ ਆ ਜਾਓ, ਸਨਮਾਨ ਲੈ ਜਾਓ ਆਪਣਾ। ਛਬੀਲ ਵਾਲੇ ਵੀਰ ਜਿਨ੍ਹਾਂ ਨੇ ਛਬੀਲ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਾਂਗੇ, ਔਰ ਜੋੜਿਆਂ ਵਾਲੇ ਵੀਰਾਂ ਨੂੰ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਜਿਨ੍ਹਾਂ ਨੇ ਜੋੜਾ ਘਰ ਦੀ ਸੇਵਾ ਨਿਭਾਈ ਹੈ। ਔਰ ਜਾਣਾ ਕਿਸੇ ਨੇ ਨਹੀਂ, ਛਿੰਝ ਹੋਣੀ ਹੈ, ਛਿੰਝ ਸਾਰਿਆਂ ਨੇ ਦੇਖ ਕੇ ਜਾਣਾ। ਔਰ ਇੱਕ ਮੈਂ ਖਾਸ ਤੌਰ 'ਤੇ ਨਾਮ ਲੈਣਾ ਉਸ ਸ਼ਖਸ ਦਾ ਜ਼ਰੂਰੀ ਸਮਝਦਾ, ਕਿਉਂਕਿ ਮੈਂ ਤਾਂ ਫਸਟ ਟਾਈਮ ਹਾਜ਼ਰੀ ਲਵਾਈ ਹੈ, ਪਰ ਉਹ ਇਨਸਾਨ ਲੱਭੂ ਸਾਡਾ ਵੀਰ ਲਾਲਪੁਰ ਤੋਂ ਹਰ ਸਾਲ ਮੇਲੇ ਦੇ ਵਿੱਚ ਅੱਗੇ ਹੋ ਕੇ ਆਪਣੀ ਭੂਮਿਕਾ ਨਿਭਾਉਂਦਾ ਸੀ। ਲੱਭੂ ਵੀਰ ਉਹਨੂੰ ਤਹਿ ਦਿਲ ਤੋਂ ਯਾਦ ਕੀਤਾ ਜਾ ਰਿਹਾ, ਕਿਉਂਕਿ ਕਿਸੇ ਅਣਹੋਣੀ ਦੇ ਕਰਕੇ ਸਾਡੇ ਕੋਲੋਂ ਉਹ ਰੂਹ ਜਿਹੜੀ ਆ ਉਹ ਵਿਛੜ ਗਈ ਆ, ਔਰ ਅੱਜ ਵੀ ਉਸ ਇਨਸਾਨ ਨੂੰ ਉਹਦੀਆਂ ਸੇਵਾਵਾਂ ਨੂੰ ਜ਼ਰੂਰ ਯਾਦ ਕੀਤਾ ਜਾ ਰਿਹਾ ਸਾਡੇ ਵੱਲੋਂ ਵੀ ਅਤੇ ਸਾਰੇ ਪ੍ਰਬੰਧਕਾਂ ਦੇ ਵੱਲੋਂ ਵੀ। ਲੱਭੂ ਵੀਰ, ਮਾਲਕ ਨੇ ਜਿੱਥੇ ਵੀ ਉਸ ਰੂਹ ਨੂੰ ਅਸਥਾਨ ਦਿੱਤਾ ਉਹਨੂੰ ਹਮੇਸ਼ਾ ਆਪਣੇ ਚਰਨਾਂ ਦੇ ਨਾਲ ਰੱਖ ਕੇ ਰੱਖੇ। ਲੱਭੂ ਵੀਰ ਸਾਡਾ ਵੀਰ ਲਾਲਪੁਰ ਤੋਂ, ਭੈਣ ਜੀ ਥੈਂਕ ਯੂ ਜੀ, ਮੈਂ ਹੁਣ ਦੇਖਿਆ ਤੁਹਾਨੂੰ ਆ ਗਿਆ ਮੈਂ, ਕੋਈ ਨਹੀਂ ਦੋ ਮਿੰਟ ਬਾਅਦ। ਔਰ ਸਾਰੇ ਪਰਿਵਾਰਿਕ ਮੈਂਬਰਾਂ ਜਿੰਨੀਆਂ ਵੀ ਫੈਮਿਲੀਆਂ ਸਜੀਆਂ ਸੀ ਸਾਰਿਆਂ ਦਾ ਦਿਲ ਤੋਂ ਸ਼ੁਕਰਾਨਾ। ਔਰ ਸਨਮਾਨ ਜਿਹੜੇ ਮੈਂ ਅਨਾਊਂਸ ਕੀਤੇ, ਮੈਂ ਬੇਨਤੀ ਕਰੂੰਗਾ ਆ ਕੇ ਜ਼ਰੂਰ ਲੈ ਜਾਓ ਇੱਕ ਸਨਮਾਨ, ਮੁਲਾਜ਼ਮ ਸਾਹਿਬਾਨ, ਓਕੇ ਜ਼ਰੂਰ। ਔਰ ਜਿਨ੍ਹਾਂ ਨੇ ਪੱਤਰਕਾਰ ਸਾਡੇ ਵੀਰ ਗੁਰਪਾਲ ਸਿੰਘ ਜੀ ਪੰਜਾਬੀ ਜਾਗਰਣ ਤੋਂ, ਸਤਵੰਤ ਸਿੰਘ ਜੀ ਅਜੀਤ ਤੋਂ, ਇਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ। ਸ਼ੀਮਰ ਸਾਹਿਬ ਕੋਈ ਗੱਲ ਨਹੀਂ, ਮੈਂ ਦੋ ਮਿੰਟ ਬਾਅਦ ਤੁਹਾਨੂੰ ਮਾਈਕ ਦੇ ਦੇਣਾ। ਕੁਲਦੀਪ ਭਾਅ ਜੀ ਵੈਲਕਮ ਜੀ, ਤੁਸੀਂ ਡਿਊਟੀਆਂ ਤੁਸੀਂ ਸੇਵਾਵਾਂ ਨਿਭਾਈਆਂ ਨੇ ਭਾਅ ਜੀ, ਆਓ ਸੱਤੀ ਭਾਅ ਜੀ ਸਨਮਾਨ ਲੈ ਕੇ ਆਓ ਮੁਲਾਜ਼ਮ ਵੀਰਾਂ ਦਾ, ਇਹਨਾਂ ਦੀ ਡਿਊਟੀ ਬਹੁਤ ਖਾਸ ਜੀ। ਔਰ ਮੈਂ ਬੇਨਤੀ ਕਰੂੰਗਾ ਕਿ ਇੱਕ ਦੋ ਮਿੰਟ ਲਈ ਸਾਡੇ ਵੀਰ ਨੇ ਆਪਣੀ ਕਮੇਡੀ ਤੁਹਾਡੀ ਨਜ਼ਰ ਕਰਨੀ ਹੈ, ਦੋ ਕੁ ਮਿੰਟ ਭੈਣ ਜੀ ਰੁਕ ਲਓ ਮੈਂ ਕਰਵਾ ਲਵਾਂ, ਠੀਕ ਹੈ, ਸ਼ੁਕਰਗੁਜ਼ਾਰ ਹਾਂ। ਔਰ ਚੌਂਕੀ ਇੰਚਾਰਜ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਅਤੇ ਸਾਥੀ ਮੁਲਾਜ਼ਮ ਜਿੰਨੇ ਵੀ ਸਾਡੇ ਵੀਰ ਸੁਰਿੰਦਰ ਕੁਮਾਰ ਜੀ, ਹੋਰ ਵੀ ਜਿੰਨੀ ਤੁਹਾਡੀ ਟੀਮ ਆਈ ਹੈ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਔਰ ਸੰਗਤ ਬਹੁਤ ਬਹੁਤ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਪਿਆਰ ਸਤਿਕਾਰ ਮੁਹੱਬਤ ਦਾ ਸਬੂਤ ਦਿੱਤਾ। ਆ ਕਰ ਦਿਓ ਕਲਿੱਕ ਭਾਅ ਜੀ, ਤਮਾਮ ਰੂਹਾਂ ਔਰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਇੱਕ ਵਾਰ ਫਿਰ ਤੋਂ ਸਾਰੇ ਮੇਲੇ ਦੀ। ਸਾਰੀ ਸੰਗਤ ਨੂੰ ਗੁਜ਼ਾਰਿਸ਼ ਹੈ ਕਿ ਜਾਣਾ ਕਿਸੇ ਨੇ ਨਹੀਂ, ਔਰ ਛਿੰਝ ਜਿਹੜੀ ਉਹ ਦੇਖ ਕੇ ਜਾਣੀ ਹੈ। ਔਰ ਮੈਂ ਸ਼ੁਕਰਗੁਜ਼ਾਰ ਹਾਂ ਮੇਰਾ ਵੀਰ ਸੱਤੀ ਭਾਅ ਜੀ, ਸੱਤੀ ਵੀਰ ਤੁਸੀਂ ਮਨਾ ਕੀਤਾ ਸੀ ਪਰ ਫਿਰ ਵੀ ਤੁਹਾਡਾ ਸ਼ੁਕਰਗੁਜ਼ਾਰ ਹਾਂ। ਬੱਲੀ ਸਾਡੇ ਭਰਾ, ਇਹ ਵੈਸੇ ਜਿਹੜੇ ਮੰਚ ਦੇ ਉੱਤੇ ਸਾਰੇ ਔਰਗੇਨਾਈਜ਼ਰ ਵੀਰ ਸਾਡੇ ਰਿਸ਼ਭ, ਔਰ ਸਾਰੀ ਟੀਮ ਜਿੰਨੀ ਵੀ ਸਾਡੇ ਭਰਾਵਾਂ ਦੀ, ਤੁਸੀਂ ਜਿਉਂਦੇ ਵੱਸਦੇ ਰਹੋ, ਹਮੇਸ਼ਾ ਤਰੱਕੀਆਂ 'ਚ ਰਹੋ, ਤੁਹਾਡੇ ਕਰ ਕਮਲਾਂ ਦੇ ਨਾਲ ਤੁਸੀਂ
बीड़ा चुक के इस मेले को संपूर्ण किया दाता जी की रहमत दे सदके। और एक बार फिर तो मैं शुक्रगुजार हाँ मेरे भरा मेरे बहुत ही सत्कारयोग मेरे एरिए दे विच आए ने अर्जन गिल साउंड सर्विस तो सोनी भाजी दो मिनट ही लैने होर बस उस तो बाद थोनू